ਸ਼੍ਰੀ ਗੁਰੂ ਕਾਲ ਜੀ ਤੁਸੀਂ ਪ੍ਰਾਈਮ ਮਿਸ਼ਰ ਟੈਲੀਵਿਜ਼ਨ ਦੇਖ ਰਹੇ ਹੋ ਦੋਸਤੋ ਮੈਂ ਹਸਵਰਨ ਸਿੰਘ ਟੈਣਾ ਤੇ ਹਰ ਰੋਸ ਦੀ ਤਰ੍ਹਾਂ ਹੀ ਪ੍ਰੋਗਰਾਮ ਖਬਰ ਦੀ ਖਬਰ ਲੈ ਕੇ ਹਾਜ਼ਰ ਹਾਂ ਪਹਿਲੀ ਵੱਡੀ ਖਬਰ ਦੇ ਬਾਰੇ ਜਾਣ ਤੋਂ ਪਹਿਲਾਂ ਪੰਜਾਬ ਦੇ ਮੌਸਮ ਦੀ ਹਾਲ-ਬਿਆਨੀ ਪੰਜਾਬ ਦੇ ਵਿੱਚ ਲਗਾਤਾਰ ਰਾਤ ਦੇ ਵੇਲੇ ਠੰਡ ਵਧ ਰਹੀ ਹੈ ਲੰਘੇ ਕੱਲ ਪੰਜਾਬ ਦੇ ਕੁਝ ਹਿੱਸਿਆਂ ਦੇ ਵਿੱਚ ਕੜੀਆਂ ਪਈਆਂ ਜੇ ਇਕੱਲੇ ਜਲੰਧਰ ਦੀ ਗੱਲ ਕਰੀਏ ਤਾਂ ਇੱਥੇ ਵੀ ਸੜਕ ਭਿਓਂ ਜੀਆਂ ਕੜੀਆਂ ਪਈਆਂ ਯਾਨੀ ਕਿ ਭੂਰ ਜੀ ਪਈਆ ਕੁਝ ਕਮੈਂਟਾਂ ਦੇ ਲਈ ਤੇ ਪੰਜਾਬ ਦੇ ਕੁਝ ਕੁ ਹਿੱਸਿਆਂ ਦੇ ਵਿੱਚ ਹਲਕੀ ਜੀ ਬਾਰਿਸ਼ ਪਈ ਆ ਥੋੜਾ ਥੋੜਾ ਮੀਂਹ ਪਿਆ ਕੜੀਆਂ ਜ ਜੀਦੇ ਕਰਕੇ ਕੋਈ ਬਹੁਤਾ ਇਹ ਨਹੀਂ ਕਹਿ ਸਕਦਾ ਵੀ ਧੂੜ ਮਿੱਟੀ ਦੀ ਚਾਦਰ हट ਗਈ ਆ ਪਰ ਇੰਨੀਆਂ ਕਕੜੀਆਂ ਪੈਣ ਦੇ ਕਰਕੇ ਇਉਂ ਲੱਗਦਾ ਜੀ ਕਿ ਠੰਡ ਦੀ ਜ਼ੋਰ ਵਾਲਾ ਜਿਹੜੀ ਉਹ ਕਰਿਆ ਵੱਟ ਜਾਣੀ ਆ ਉਸ ਤੋਂ ਕੋਲੀ ਗੱਲ ਇਹ ਆ ਵੀ ਹਿਮਾਚਲ ਪ੍ਰਦੇਸ਼ ਦੇ ਪੰਜ ਜ਼ਿਲ੍ਹਿਆਂ ਦੇ ਵਿੱਚ ਜ਼ਬਰਦਸਤ ਬਰਫਬਾਰੀ ਹੋ ਗਈ ਆ ਲਾਹੌਲ ਸਪਿਤੀ ਦੇ ਵਿੱਚ ਚਾਰੇ ਪਾਸੇ ਚਿੱਟੇ ਰੰਗ ਦੀ ਬਰਫੀ ਬਰਫ ਬਰਫੀ ਬਰਫ ਬਰਫੀ ਜੇ ਉੱਥੇ ਬਹੁਤ ਵੱਡੀ ਗਿਣਤੀ ਦੇ ਵਿੱਚ ਸੈਰ ਸਪਟੇ ਦੇ ਚਾਹਵਨ ਲੋਕ ਗਏ ਵੀ ਹੈ ਜਿਹੜੀ ਉੱਥੋਂ ਦੀ ਹੋਟਲ ਇੰਡਸਟਰੀ ਹੈ ਉਹਦੀਆਂ ਲੱਗੀਆਂ ਪਈਆਂ ਮੌਜਾਂ ਤੇ 60% ਤੋਂ ਵੱਧ ਹੋਟਲ ਆ ਜਿਹੜੇ ਉਹ ਇਸ ਵੇਲੇ ਬੁੱਕ ਹੋਏ ਪਏ ਆ ਹਿਮਾਚਲ ਪ੍ਰਦੇਸ਼ ਦੇ ਵਿੱਚ ਜਦੋਂ ਵੀ ਬਰਫਬਾਰੀ ਹੁੰਦੀ ਹੈ ਨਾਲ ਦੀ ਨਾਲ ਲੋਕ ਵੱਡੀ ਗਿਣਤੀ ਦੇ ਵਿੱਚ ਉੱਥੇ ਜਾਂਦੇ ਆ ਸੋ ਜਦੋਂ ਪਹਾੜੀ ਖੇਤਰਾਂ ਦੇ ਵਿੱਚ ਬਰਫਬਾਰੀ ਹੋਊਗੀ ਤਾਂ ਉਹਦਾ ਅਸਰ ਮੈਦਾਨੀ ਖੇਤਰਾਂ ਦੇ ਵਿੱਚ ਆਪ ਮੁਹਾਰੇ ਹੋਣਾ ਸੋ ਪੰਜਾਬ ਦੇ ਵਿੱਚ ਠੰਡੀ ਹਵਾ ਵੀ ਚੱਲੀ ਆ ਕਈ ਥਾਵਾਂ ਦੇ ਉੱਤੇ ਲੰਘੇ ਕੱਲ ਤੇ ਪੰਜਾਬ ਦੇ ਵਿੱਚ ਆਉਂਦੇ 48 ਘੰਟਿਆਂ ਦੇ ਵਿੱਚ ਮੌਸਮ ਵਿਭਾਗ ਨੇ ਕਿਹਾ ਵੀ ਕਣੀਆਂ ਪੈਣ ਦੀ ਕਈ ਥਾਵਾਂ ਦੇ ਉੱਤੇ ਆਸ ਹੈ ਜਿਸ ਦਿਨ ਵੀ ਪੰਜਾਬ ਦੇ ਵਿੱਚ ਖੁੱਲ ਕੇ ਕਣੀਆਂ ਪੈ ਗਈਆਂ ਉਸ ਦਿਨ ਤੋਂ ਪੰਜਾਬ ਦੇ ਵਿੱਚ ਬਿਲਕੁਲ ਠੰਡ ਵੱਧ ਜਾਣੀ ਹੈ ਇਸ ਗੱਲ ਦੀ ਸਾਨੂੰ ਪੂਰੀ ਪੂਰੀ ਆਸ ਹੈ ਤੇ ਬਾਕੀ 48 ਘੰਟਿਆਂ ਦੇ ਵਿੱਚ ਕਣੀਆਂ ਪੈਣਗੀਆਂ ਜਾਂ ਨਹੀਂ ਪੈਣਗੀਆਂ ਜਾਂ ਕਿੰਨੀਆਂ ਕੁ ਪੈਣਗੀਆਂ ਇਹ ਸਮੇਂ ਨੇ ਬਿਆਨ ਕਰ ਦੇਣਾ ਜਿਹੜੀ ਪਹਿਲੀ ਵੱਡੀ ਖਬਰ ਆ ਉਹ ਫੁਕਰਿਆਂ ਨੂੰ ਲਾਣ ਤਾਂ ਪਾਉਣ ਵਾਲੀ ਵੀ ਹੈ ਤੇ ਫੁਕਰਿਆਂ ਦੇ ਉੱਤੇ ਫੁੱਲ ਸਟਾਪ ਜਾਨੀ ਕਿ ਡੰਡੀ ਵੀ ਲੱਗ ਜਾਣੀ ਆ ਪੰਜਾਬ ਦੀ ਸਰਕਾਰ ਦੇ ਵੱਲੋਂ ਜੋ ਕਿਹਾ ਗਿਆ ਜੇਕਰ ਉਵੇਂ ਹੋ ਗਿਆ ਤਾਂ ਇਹ ਇੱਕ ਚੰਗੀ ਪਹਿਲ ਕਦਮੀ ਹੋਗੀ ਹਾਲਾਂਕਿ ਇਸ ਤੋਂ ਪਹਿਲਾਂ ਸਰਕਾਰਾਂ ਨੇ ਵੀ ਸਮੇਂ-ਸਮੇਂ 'ਤੇ ਬੜੀ ਵਾਰ ਗੱਲ ਕਹੀ ਕਿ ਹਥਿਆਰ ਆ ਜਿਹੜੇ ਉਹਨਾਂ ਦਾ ਪ੍ਰਦਰਸ਼ਨ ਕਰਨ ਤੇ ਪਾਬੰਦੀ ਲਾਈ ਜਾਂਦੀ ਹੈ ਹਥਿਆਰਾਂ ਨੂੰ ਗੀਤਾਂ ਦੇ ਵਿੱਚ ਵਿਖਾਉਣ ਤੇ ਪਾਬੰਦੀ ਹੈ ਫਿਲਮਾਂ ਦੇ ਵਿੱਚ ਹਿੰਸਕ ਵਾਰ ਦਾ ਤਾਂ ਹਿੰਸਕ ਗੱਲਾਂ ਨਹੀਂ ਹੋਣੀਆਂ ਚਾਹੀਦੀਆਂ ਪਰ ਗਾਉਣ ਵਾਲਿਆਂ ਦੇ ਇੱਕ ਹਿੱਸੇ ਦੇ ਕੋਲੇ ਤਰਕ ਇਹ ਆ ਕਿ ਅਸੀਂ ਤਾਂ YouTube ਤੇ ਆਪਦੇ ਗਾਣੇ ਪੇਸ਼ ਕਰਦੇ ਹਾਂ ਅਸੀਂ ਕਿਹੜਾ TV ਚੈਨਲ ਤੇ ਚਲਾਉਨੇ ਆ ਤੇ ਜ਼ਮਾਨਾ ਹੁਣ YouTube ਦਾ ਜ਼ਮਾਨਾ ਹੁਣ ਸੋਸ਼ਲ ਮੀਡੀਆ ਦਾ ਪਰ ਇਸ ਦੇ ਬਾਵਜੂਦ ਪੰਜਾਬ ਦੇ ਵਿੱਚ ਰਹਿਣ ਵਾਲਾ ਕੋਈ ਵੀ ਵਿਅਕਤੀ ਕਾਨੂੰਨ ਤੋਂ ਬਾਹਰ ਹੀ ਨਹੀਂ ਹੋ ਸਕਦਾ ਪੰਜਾਬ ਦੇ ਵਿੱਚ ਰਹਿਣ ਵਾਲਾ ਕੋਈ ਵੀ ਵਿਅਕਤੀ ਬਾਹਰ ਹੀ ਹੋਵੇ ਵੀ ਨਾ ਇਹਦੀ ਅਸੀਂ ਬੇਨਤੀ ਕਰਦੇ ਸਾਰਿਆਂ ਨੂੰ ਪਰ ਪੰਜਾਬ ਦੇ ਵਿੱਚ ਫੁਕਰਿਆਂ ਦੇ ਹੱਥਾਂ ਦੇ ਵਿੱਚ ਆਈ ਪਿਸਤੌਲਾਂ ਨਹੀਂ ਫੁਕਰਿਆਂ ਦੇ ਹੱਥਾਂ ਦੇ ਵਿੱਚ ਆਈਆਂ ਬੰਦੂਕਾਂ ਨਹੀਂ ਕਿੰਨੇ ਬੇਕਸੂਰ ਲੋਕਾਂ ਦਾ ਨੁਕਸਾਨ ਹੁਣ ਤੱਕ ਕਰ ਦਿੱਤਾ ਆਪਾਂ ਇਹਦੇ ਬਾਰੇ ਜਾਣਦੇ ਹਾਂ ਮੈਂ ਪਿਛਲੇ ਪ੍ਰੋਗਰਾਮ ਦੇ ਵਿੱਚ ਵੀ ਗੱਲ ਕੀਤੀ ਸੀ ਕਿ ਪਿਛਲੇ ਦਿਨੀ ਮੈਨੂੰ ਇੱਕ ਪ੍ਰੋਗਰਾਮ ਦੇ ਵਿੱਚ ਜਾਣ ਦਾ ਮੌਕਾ ਮਿਲਿਆ ਮੇਰੇ ਇੱਕ ਦੋਸਤ ਦੇ ਬੱਚੇ ਦਾ ਜਨਮ ਦਿਨ ਸੀ ਉਹਨੇ ਮੈਨੂੰ ਇਹ ਗੱਲ ਕਹੀ ਕਿ ਤੁਸੀਂ ਆਉਣਾ ਹੀ ਆਉਣਾ ਅਸੀਂ ਭਾਰਤ ਦੇ ਵਿੱਚ ਆਏ ਆ ਤੇ ਬੱਚੇ ਦਾ ਪਹਿਲਾ ਜਨਮ ਦਿਨ ਇੱਥੇ ਮਨਾਉਣਾ ਅਸੀਂ ਤੇ ਕਈ ਸਾਲ ਦਾ ਬੱਚਾ ਹੋ ਗਿਆ ਮੈਂ ਉੱਥੇ ਗਿਆ ਰਾਤ ਦਾ ਵੇਲਾ ਤੇ ਕਈ ਲੋਕਾਂ ਨੇ दारू ਪੀਤੀ ਸੀ ਉੱਥੇ दारू ਪੀਣ ਵਾਲਿਆਂ ਦੇ ਵਿੱਚੋਂ ਇੱਕ ਜਣਾ ਜਿਹਦੇ ਮੇਰੇ ਖਿਆਲ ਤਿੰਨ ਚਾਰ ਪੈਗ ਲੱਗੇ ਹੋਣਗੇ ਪੰਜਾਂ ਕਮਿੰਟਾਂ ਬਾਅਦ ਇਹ ਗੱਲ ਕਰਿਆ ਕਰੇ ਕਿ ਹੁਣ ਮੈਂ ਫਿਰ ਗੋਲੀ ਚਲਾਵਾਂ ਮੈਂ ਉਹਨੂੰ ਬੇਨਤੀ ਕੀਤੀ ਵੀ ਗੋਲੀ ਕਾਤੋ ਚਲਾਉਣੀ ਆ ਆਪਾਂ ਨੂੰ ਕਿਹੜੀ ਚੰਡੀ ਚੜੀ ਆ ਜਦੋਂ ਸਾਰੇ ਲੋਕ ਬੈਠੇ ਆ ਤੇ ਆਪਾਂ ਗੋਲੀ 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 ਕਿਉਂ ਗੱਲ ਕਰਦੇ ਆ ਉਹਨੂੰ ਮੇਰੀ ਗੱਲ ਪਸੰਦ ਨਹੀਂ ਆਈ ਉਹ ਦੂਜੀ ਕੁਰਸੀ ਤੇ ਬਹਿ ਗਿਆ ਉੱਠ ਕੇ ਫਿਰ ਉਹਦਾਂ ਨੂੰ ਕਹਿੰਦਾ ਮੈਂ ਗੋਲੀ ਚਲਾਵਾ ਉਹ ਕਹਿੰਦੇ ਵੀ ਇਹਨੇ ਗੋਲੀ ਨਹੀਂ ਚਲਾਉਣੀ ਉਹ ਦਸਾਂ ਮਿੰਟ ਬਾਅਦ ਫੇਰ ਕਹਿੰਦਾ ਕਰੇ ਮੈਂ ਫਿਰ ਗੋਲੀ ਚਲਾਵਾ ਯਾਨੀ ਕਿ ਇਹੋ ਜੇ ਲੋਕ ਜਿਹੜੇ ਕਿ ਬੰਨ ਕੇ ਰੱਖਣੇ ਚਾਹੀਦੇ ਆ ਜਿਨ੍ਹਾਂ ਨੂੰ ਸੰਗਲ ਪਾ ਲੈਣਾ ਚਾਹੀਦਾ ਇਹਨਾਂ ਲੋਕਾਂ ਨੂੰ ਬਾਹਰ ਕਦੇ ਨਿਕਲ ਨਹੀਂ ਰਹਿਣਾ ਚਾਹੀਦਾ ਲੋਕਾਂ ਨੂੰ ਬੇਨਤੀ ਹੈ ਜਦੋਂ ਤੁਸੀਂ ਆਪਣੇ ਘਰਾਂ ਦੇ ਵਿੱਚ ਪ੍ਰੋਗਰਾਮ ਕੋਈ ਰੱਖਦੇ ਆ ਖੁਸ਼ੀ ਦਾ ਕੋਈ ਵੀ ਪ੍ਰੋਗਰਾਮ ਰੱਖਦੇ ਆ ਕੋਈ ਗਮੀ ਦਾ ਪ੍ਰੋਗਰਾਮ ਅਚਾਨਕ ਆ ਜਾਂਦਾ ਤੇ ਹੋਛੇ ਲੋਕਾਂ ਨੂੰ ਆਪਣੇ ਉਹਨਾਂ ਸਮਾਗਮਾਂ ਤੋਂ ਦੂਰ ਰੱਖਿਆ ਕਰੋ ਇਹ ਮਿੰਟਾਂ ਸੈਕਿੰਟਾਂ ਦੇ ਵਿੱਚ ਪਤਾ ਨਹੀਂ ਕੀ ਤੋਂ ਕੀ ਕਰ ਦੇਣ ਇਹ ਚਾਰ ਕਿਛਟਾਂ ਲਾ ਕੇ ਲਾਣ ਦੀਆਂ ਬਾਅਦ ਦੇ ਵਿੱਚ ਟਿਕਦੇ ਨਹੀਂਗੇ ਇਹ ਕੋਈ ਵੀ ਕਾਂਡ ਕਰ ਦਿੰਦੇ ਆ ਤੇ ਬਾਅਦ ਦੇ ਵਿੱਚ ਇਹ ਗੱਲ ਕਹਿਣਾ ਵੀ ਇਹ ਕਿਹੜਾ ਕੋਈ ਨਿਸ਼ਾਨੇਬਾਜ਼ ਬਹੁਤ ਤਕੜੇ ਆ ਵੀ ਇਧਰ ਨੂੰ ਕੋੜਾ ਦੱਬਣਾ ਸੀ ਇਹ ਇਧਰਲੇ ਪਾਸੇ ਨੂੰ ਹੋ ਗਿਆ ਤੇ ਪਤਾ ਨਹੀਂ ਕਿਹਨੂੰ ਹੈ ਤੋ ਸੀ ਕਰ ਦੇਣ ਇਸ ਕਰਕੇ ਬੇਨਤੀ ਹੈ ਕਿ ਇਹਨਾਂ ਫੁਕਰਿਆਂ ਤੋਂ ਆਪਦੇ ਪ੍ਰੋਗਰਾਮ ਬਚਾ ਕੇ ਰੱਖੋ ਇਹਨਾਂ ਫੁਕਰਿਆਂ ਨੂੰ ਗੁੱਸੇ ਹੋ ਲੈਣ ਦਿਓ ਇਹ ਆਪੋ ਆਪਣੇ ਘਰਾਂ ਦੇ ਵਿੱਚ ਠੀਕ ਹੈ ਇਹਨਾਂ ਨੂੰ ਆਪਦੇ ਘਰਾਂ ਦੇ ਵਿੱਚ ਨਾ ਵੜਿਆ ਕਰੋ ਖਾਸ ਕਰਕੇ ਪਿਸਤੌਲ ਸਮੇਤ ਹਥਿਆਰ ਸਮੇਤ ਜਨੂੰ ਵੀ ਤੁਹਾਡੇ ਘਰ ਦੇ ਵਿੱਚ ਆਉਂਦੇ ਆ ਇਹਨਾਂ ਨੂੰ ਕਹੋ ਕਰੋ ਵੀ ਭਾਈ ਰੱਬ ਦਾ ਵਾਸਤਾ ਤੂੰ ਆਪਦੇ ਘਰੇ ਜਾ ਤੇਰੇ ਤੋਂ ਬਿਨਾ ਖੁਸ਼ੀਆਂ ਵਧਿਆ ਰਹਿ ਜਾਣੀਆਂ ਉਸ ਤੋਂ ਅਗਲੀ ਗੱਲ ਇਹ ਹੈ ਵੀ ਸੂਬੇ ਦੀ ਸਰਕਾਰ ਦੇ ਵੱਲ ਇਹ ਓਨੀ ਦੇਰ ਤੱਕ ਠੀਕ ਹੈ ਜਿੰਨੀ ਦੇਰ ਤੱਕ ਬਿਆਨ ਦਾ ਅਸਰ ਆ ਪਰ ਜਦੋਂ ਅਸੀਂ ਪ੍ਰੈਕਟੀਕਲ ਤੌਰ ਤੇ ਦੇਖਾਂਗੇ ਫਿਰ ਧੰਨਵਾਦ ਵੀ ਕਰਾਂਗੇ ਪੰਜਾਬ ਦੀ ਸਰਕਾਰ ਦੇ ਵੱਲੋਂ ਇਹ ਗੱਲ ਕਹੀ ਗਈ ਹੈ ਕਿ ਹਥਿਆਰਾਂ ਦਾ ਪ੍ਰਦਰਸ਼ਨ ਕਰਨ ਦੇ ਉੱਤੇ ਮੁਕੰਮਲ ਪਾਬੰਦੀ ਹੈ ਪੰਜਾਬ ਦੇ ਵਿੱਚ ਗੈਂਗਸਟਰ ਕਲਚਰ ਬਹੁਤ ਵਧਿਆ ਹੋਇਆ ਪੰਜਾਬ ਦੇ ਵਿੱਚ ਜੋ ਕੁਝ ਚੱਲ ਰਿਹਾ ਜਿਵੇਂ ਕਤਲੋਗਾਰ ਦੀ ਚੱਲ ਰਹੀ ਹੈ ਆਪਾਂ ਇਹਦੇ ਬਾਰੇ ਜਾਣਦੇ ਆ ਪਰ ਸੂਬੇ ਦੀ ਸਰਕਾਰ ਨੇ ਕਿਹਾ ਜਿਵੇਂ ਗੀਤਾ ਦੇ ਵਿੱਚ ਹਥਿਆਰਾਂ ਦਾ ਪ੍ਰਦਰਸ਼ਨ ਕਰਨਾ ਬਿਲਕੁਲ ਗਲਤ ਗੱਲ ਹੈ ਇਹਦਾ ਨਹੀਂ ਹੋਣ ਦਿੱਤਾ ਜਾਊਗਾ ਕਾਨੂੰਨੀ ਕਾਰਵਾਈ ਹੋਊਗੀ ਫੇਸਬੁੱਕ ਦੇ ਉੱਤੇ ਜੇਕਰ ਕੋਈ ਵੀ ਬੰਦਾ ਫੋਟੋ ਪਾਊਗਾ ਹਥਿਆਰ ਸਮੇਤ ਉਹਦੇ ਉੱਤੇ ਵੀ ਕਾਰਵਾਈ ਹੋਊਗੀ ਪਰਚਾ ਦਰਜ ਹੋਊਗਾ ਜਿਹੜੇ ਲੋਕਾਂ ਦੇ ਕੋਲੇ ਹਥਿਆਰ ਹੈਗੇ ਆ ਉਹਨਾਂ ਲੋਕਾਂ ਦੇ 3 ਮਹੀਨੇ ਦੇ ਵਿੱਚ ਵਿੱਚ ਸਾਰਾ ਮੁਲੰਕਣ ਕੀਤਾ ਜਾਊਗਾ ਤੇ ਜੇਕਰ ਕਿਸੇ ਨੇ ਨਵਾਂ ਹਥਿਆਰ ਲੈਣਾ ਜਾਂ ਰੀਨਿਊ ਕਰਵਾਉਣਾ ਤਾਂ ਜਿੰਨੀ ਦੇਰ ਤੱਕ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਦੀ ਸੰਤੁਸ਼ਟੀ ਨਹੀਂ ਹੁੰਦੀ ਓਨੀ ਦੇਰ ਤੱਕ ਨਵਾਂ ਜਾਰੀ ਨਹੀਂ ਹੋਊਗਾ ਸੋ ਪੰਜਾਬ ਦੇ ਵਿੱਚ ਪੁਲਿਸ ਦੇ ਕੋਲੇ ਜਿੰਨੇ ਹਥਿਆਰ ਆ ਉਹਦੇ ਨਾਲੋਂ ਕਈ ਗੁਣਾ ਵੱਧ ਹਥਿਆਰ ਇਸ ਵੇਲੇ ਆਮ ਲੋਕਾਂ ਦੇ ਕੋਲ ਆ ਇਹ ਇੱਕ ਵੇਲਾ ਸੀ ਜਦੋਂ ਪੰਜਾਬ ਦੇ ਵਿੱਚ ਕਾਲਾ ਦੌਰ ਸੀ ਉਸ ਵੇਲੇ ਪੰਜਾਬ ਦੇ ਬਹੁਤ ਸਾਰੇ ਲੋਕਾਂ ਨੂੰ ਹਥਿਆਰਾਂ ਦੀ ਲੋੜ ਵੀ ਸੀ ਆਪਦੀ ਸਵੈ ਰਾਖੀ ਦੇ ਲਈ ਪਰ ਅੱਜ ਦੀ ਤਰੀਕੇ ਦੇ ਵਿੱਚ ਕਿੰਨੇ ਕੁ ਲੋਕ ਸਵੈ ਰਾਖੀ ਵਾਸਤੇ ਦੀ ਵਰਤੋਂ ਕਰਦੇ ਆਪਾਂ ਜਾਣਦੇ ਆ ਮੈਨੂੰ ਕਈ ਲੋਕ ਇਹ ਗੱਲ ਕਹਿ ਦਿੰਦੇ ਨੇ ਨਿੱਜੀ ਤੌਰ ਤੇ ਵੀ ਤੁਹਾਨੂੰ ਪਤਾ ਨਹੀਂ ਕਿ ਹਥਿਆਰ ਰੱਖਣਾ ਸਾਡੇ ਸੁਭਾਅ ਦੇ ਵਿੱਚ ਆ ਸਾਡੀ ਸ਼ਾਨ ਦਾ ਪ੍ਰਤੀਕ ਆ ਸਾਡੀ ਸਵੈ ਰਾਖੀ ਲਈ ਜ਼ਰੂਰੀ ਆ ਮੈਂ ਉਹਨਾਂ ਨੂੰ ਇੱਕੋ ਬੇਨਤੀ ਕਰਨਾ ਹੁੰਦਾ ਵੀ ਇਹ ਤਾਂ ਗੱਲ ਤੁਸੀਂ ਸਿੱਖ ਲਈ ਤੇ ਸਮਝ ਲਈ ਪਰ ਹਥਿਆਰ ਰੱਖ ਕੇ ਜ਼ਿੰਮੇਵਾਰੀਆਂ ਦਾ ਪਾਲਣ ਕਿਵੇਂ ਕਰਦਾ ਕਦੇ ਇਹਦੇ ਬਾਰੇ ਵੀ ਜਾਣ ਲਓ ਹੱਥਿਆਰ ਰੱਖਣ ਦਾ ਮਤਲਬ ਇਹ ਥੋੜੀ ਵੀ ਹੱਥ ਦੇ ਵਿੱਚ ਫੜ ਕੇ ਤੇ ਟਹਿਲਦੇ ਫਿਰਦੇ ਆਪਾਂ ਇਹ ਤੁਹਾਡੀ ਰਾਖੀ ਵਾਸਤੇ ਜੇਕਰ ਤੁਹਾਡੇ ਉੱਤੇ ਕੋਈ ਹਮਲਾ ਕਰਨ ਲੱਗੇ ਤਾਂ ਰਾਖੀ ਵਾਸਤੇ ਆ ਫੁਕਰੀ ਵਾਸਤੇ ਨਹੀਂ ਆਪਦੀਆਂ ਜ਼ਿੰਮੇਵਾਰੀਆਂ ਦਾ ਪਹਿਲਾਂ ਪਾਲਣ ਕਰਗੇ ਤੇ ਹੱਕਾਂ ਦੀ ਗੱਲ ਵੀ ਆਪਾਂ ਕਰਦੇ ਕਦੇ ਜ਼ਿੰਮੇਵਾਰੀ ਦੀ ਗੱਲ ਵੀ ਕਰਗੇ ਪਹਿਲਾਂ ਇਸ ਰਿਪੋਰਟ ਦਾ ਵੇਰਵਾ ਤੇ ਫਿਰ ਕਰਾਂਗੇ ਟਿੱਪਣੀ ਭਗਵੰਤ ਮਾਨ ਸਰਕਾਰ ਨੇ ਸਖਤ ਕਦਮ ਚੁੱਕਦੇ ਹੋਏ ਅਸਲਾ ਲਾਇਸੈਂਸ ਜਾਰੀ ਕਰਨ ਦੇ ਉੱਤੇ ਰੋਖ ਲਾ ਦਿੱਤੀ ਹੈ ਇਹਨਾਂ ਹੀ ਨਹੀਂ ਆਉਣ ਵਾਲੇ 3 ਮਹੀਨਾ ਦੇ ਵਿੱਚ ਹੁਣ ਤੱਕ ਜਾਰੀ ਸਾਰੇ ਅਸਲਾ ਲਾਇਸੈਂਸਾਂ ਦੀ ਪੜਤਾਲ ਦੇ ਵੀ ਹਦੇਸ਼ ਜਾਰੀ ਕੀਤੇ ਗਏ ਨੇ ਪੰਜਾਬ ਸਰਕਾਰ ਦੇ ਗ੍ਰਹਿ ਵਿਭਾਗ ਨੇ ਇਸ ਦਾ ਨੋਟੀਫਿਕੇਸ਼ਨ ਜਾਰੀ ਕਰਕੇ ਸਾਰੇ ਜ਼ਿਲ੍ਹਿਆਂ ਨੂੰ ਭੇਜ ਦਿੱਤਾ ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰ ਦੇ ਵੱਲੋਂ ਜਾਰੀ ਕੀਤੇ ਗਏ ਨੋਟੀਫਿਕੇਸ਼ਨ ਦੇ ਵਿੱਚ ਗਨ ਕਲਚਰ ਦੇ ਖਿਲਾਫ ਸਖਤ ਕਦਮ ਚੁੱਕੇ ਗਏ ਨੇ ਭਗਵੰਤ ਦੀ ਅਗਲੇ 3 ਮਹੀਨੇ ਤੱਕ ਪੂਰੀ ਸਮੀਖਿਆ ਕਰਨ ਦੇ ਲਿਖਿਆ ਇਸ ਦੇ ਨਾਲ ਹੀ ਨਵੇਂ ਅਸਲਾ ਲਾਇਸੈਂਸਾਂ ਦੇ ਬਣਨ ਦੇ ਉੱਤੇ ਰੋਕ ਲਗਾ ਦਿੱਤੀ ਹੈ ਜਦੋਂ ਤੱਕ ਡੀਸੀ ਵਿਅਕਤੀਗਤ ਤੌਰ ਦੇ ਉੱਤੇ ਸੰਤੁਸ਼ਟ ਨਾ ਹੋਵੇ ਉਦੋਂ ਤੱਕ ਲਾਇਸੈਂਸ ਜਾਰੀ ਨਹੀਂ ਕੀਤਾ ਜਾਵੇਗਾ ਇਹਨਾਂ ਹੀ ਨਹੀਂ ਸੋਸ਼ਲ ਮੀਡੀਆ ਦੇ ਉੱਤੇ ਹਥਿਆਰਾਂ ਦੀ ਨਮਾਇਸ਼ ਕਰਨ ਵਾਲਿਆਂ ਦੇ ਉੱਤੇ ਵੀ ਪੂਰੀ ਤਰ੍ਹਾਂ ਪਾਬੰਦੀ ਲਾਈ ਗਈ ਹੈ ਪੁਲਿਸ ਨੂੰ ਸੂਬੇ ਦੇ ਵਿੱਚ ਰੈਂਡਮ ਚੈਕਿੰਗ ਲਈ ਵੀ ਆਦੇਸ਼ ਜਾਰੀ ਕੀਤੇ ਗਏ ਨੇ ਸਿਮ ਭਵਨਤਮਾਨ ਨੇ ਹੇਟ ਸਪੀਚ ਦੇ ਉੱਤੇ ਨੱਥ ਪਾਉਣ ਦੇ ਲਈ ਯਤਨ ਕੀਤਾ ਹੈ ਜੇਕਰ ਕੋਈ ਵੀ ਵਿਅਕਤੀ ਕਿਸੇ ਜਾਤ ਸਮੁਦਾਏ ਦੇ ਖਿਲਾਫ ਮਾੜੀ ਸ਼ਬਦਾਵਲੀ ਦੀ ਵਰਤੋਂ ਕਰਦਾ ਜਾਂ ਇਹਦੇ ਨਾਲ ਕਿਸੇ ਦੂਜੇ ਦੀ ਵਿਅਕਤੀਗਤ ਸੁਰੱਖਿਆ ਖਤਰੇ ਵਿੱਚ ਆਉਂਦੀ ਹੈ ਤਾਂ ਇਹਦੇ ਖਿਲਾਫ ਸਖਤ ਕਾਰਵਾਈ ਹੋਵੇਗੀ ਭਵਨਤਮਾਨ ਸਰਕਾਰ ਨੇ ਗੀਤਾਂ ਦੇ ਵਿੱਚ ਗਨ ਕਲਚਰ ਨੂੰ ਪ੍ਰਮੋਟ ਕਰਨ ਦੇ ਉੱਤੇ ਵੀ ਭਵਪਨ ਦੇ ਲਈ ਹੈ ਹਥਿਆਰਾਂ ਜਾਂ ਹਿੰਸਾ ਦਾ ਗੁਣਗਾਨ ਕਰਨ ਵਾਲਿਆਂ ਦੇ ਗੀਤ ਬੈਨ ਕਰ ਦਿੱਤੇ ਜਾਣਗੇ ਇਨ੍ਹਾਂ ਹੀ ਨਹੀਂ ਸਮੂਹਿਕ ਇਕੱਠ ਧਾਰਮਿਕ ਸਮਾਗਮਾਂ ਵਿਆਹਾਂ ਜਾਂ ਹੋਰ ਪ੍ਰੋਗਰਾਮਾਂ ਦੇ ਵਿੱਚ ਵੀ ਹਥਿਆਰ ਲੈ ਜਾਣ ਦੇ ਉੱਤੇ ਰੋਕ ਲਗਾਈ ਗਈ ਹੈ ਇਹਦੇ ਨਾਲ ਜਨਤਕ ਤੌਰ ਦੇ ਉੱਤੇ ਲੋਕਾਂ ਦੀ ਜਾਨ ਮਾਲ ਨੂੰ ਖਤਰਾ ਹੁੰਦਾ ਅਜਾਇਆ ਕਰਨ ਦੇ ਖਿਲਾਫ ਐਫਆਈਆਰ ਦਰਜ ਕਰਨ ਦੇ ਆਦੇਸ਼ ਜਾਰੀ ਕੀਤੇ ਗਏ ਨੇ ਪੰਜਾਬ ਦੇ ਵਿੱਚ ਬੀਤੇ ਦਿਨੀ ਹੋਈਆਂ ਹਿੱਸੇ ਘਟਨਾਵਾਂ ਤੋਂ ਬਾਅਦ ਇਹ ਸੂਬਾ ਸਰਕਾਰ ਦਾ ਸਖਤ ਕਦਮ ਹੈ ਇਸ ਤੋਂ ਪਹਿਲਾਂ ਸ਼ਨੀਵਾਰ ਨੂੰ ਸਰਕਾਰ ਨੇ ਸੂਬੇ ਦੇ 33 ਆਈਪੀਐਸ ਤੇ ਪੀਪੀਐਸ ਪੁਲਿਸ ਅਧਿਕਾਰੀਆਂ ਦੇ ਤਬਾਦਲੇ ਕੀਤੇ ਸਨ ਇਸੇ ਦੇ ਤਹਿਤ ਸੂਬੇ ਦੇ ਵਿੱਚ ਤਿੰਨ ਵੱਡੇ ਸ਼ਹਿਰਾਂ ਦੇ ਪੁਲਿਸ ਕਮਿਸ਼ਨਰ ਵੀ ਬਦਲੇ ਗਏ ਨੇ ਸੂਬੇ ਦੀ ਸਰਕਾਰ ਦਾ ਇਹ ਕਦਮ ਪਹਿਲ ਪਲਕੜੇ ਤੌਰ ਦੇ ਉੱਤੇ ਠੀਕ ਹੈ ਪਰ ਪ੍ਰੈਕਟੀਕਲ ਤੌਰ ਦੇ ਉੱਤੇ ਇਹਦੇ ਕੀ ਨਤੀਜੇ ਸਾਹਮਣੇ ਆਉਣਗੇ ਵਕਤ ਬਿਆ ਇਸ ਖਬਰ ਦੇ ਉੱਤੇ ਟਿੱਪਣੀ ਕਰਦੇ ਹਾਂ ਦੋਸਤੋ ਪਹਿਲੇ ਗੱਲ ਤਾਂ ਸੇ ਕਹਾਂਗੇ ਇਹ ਬਿਆਨ ਬਿਆਨ ਦੇ ਤੌਰ ਦੇ ਉੱਤੇ ਬਹੁਤ ਵਧੀਆ ਪਰ ਇਹ ਬਿਆਨ ਪੁਲਿਸ ਦੇ ਵੱਲੋਂ ਪ੍ਰੈਕਟੀਕਲ ਤੌਰ ਦੇ ਉੱਤੇ ਜ਼ਮੀਨੀ ਤੌਰ ਦੇ ਉੱਤੇ ਕਿਵੇਂ ਤੇ ਕਦੋਂ ਲਾਗੂ ਕੀਤਾ ਜਾਊਗਾ ਹੁਣ ਨਿਗਾ ਇਹਦੇ ਵੱਲ ਟਿਕੀ ਰਹਿਣੀ ਹੈ ਦੇਖੋ ਸਰਕਾਰ ਦੇ ਵੱਲੋਂ ਨਿਯਮ ਬਣਾ ਦਿੱਤਾ ਗਿਆ ਤੇ ਲਾਗੂ ਇਹਨੂੰ ਕਰਨਾ ਹੈਗਾ ਪੁਲਿਸ ਨੇ ਪੁਲਿਸ ਹੁਣ ਕਿਵੇਂ ਜੇ ਲਾਗੂ ਕਰਵਾਉਂਦੀ ਆ ਇਹ ਵਕਤ ਦੇ ਉੱਤੇ ਨਿਰਭਰ ਕਰਨੀ ਗੱਲ ਆ ਪੰਜਾਬ ਦੇ ਲੋਕਾਂ ਨੂੰ ਵੀ ਬੇਨਤੀ ਆ ਵੀ ਕੱਲੇ-ਕੱਲੇ ਬੰਦੇ ਦੇ ਪਿੱਛੇ ਪੁਲਿਸ ਮੁਲਾਜ਼ਮ ਨਹੀਂ ਲਾਇਆ ਜਾ ਸਕਦਾ ਪਰ ਆਪਣੀਆਂ ਨੈਤਿਕ ਤੌਰ ਦੇ ਉੱਤੇ ਵੀ ਜ਼ਿੰਮੇਵਾਰੀਆਂ ਅਸੀਂ ਪਾਲਣੀ ਕਰਨੀਆਂ ਸ਼ੁਰੂ ਕਰਗੇ ਪਰ ਪੰਜਾਬ ਦੀ ਪੁਲਿਸ ਨੂੰ ਬੇਨਤੀ ਹੈ ਕਿ ਇਮਾਨਦਾਰੀ ਦੇ ਨਾਲ ਉਹਨਾਂ ਲੋਕਾਂ ਦੇ ਉੱਤੇ ਸ਼ਿਕੰਜਾ ਕਸਿਆ ਜਾਵੇ ਜਿਹੜੇ ਫੁਕਰੇ ਆ ਜਿਹੜੇ ਕਿ ਨਜਾਇਜ਼ ਲੋਕਾਂ ਨੂੰ ਪਰੇਸ਼ਾਨ ਕਰਦੇ ਤੇ ਹਥਿਆਰਾਂ ਦਾ ਪ੍ਰਦਰਸ਼ਨ ਕਰੇ ਬਿਨਾਂ ਜਿਨ੍ਹਾਂ ਨੂੰ ਰੋਟੀ ਨਹੀਂ ਚੰਗੀ ਲੱਗਦੀ ਉਸ ਤੋਂ ਅਗਲੀ ਗੱਲ ਇਹ ਆ ਵੀ ਗਵਾਹਿਆਂ ਨੂੰ ਵੀ ਰੋਕਣਾ ਚਾਹੀਦਾ ਫਿਲਮਾਂ ਵਾਲਿਆਂ ਨੂੰ ਵੀ ਰੋਕਣਾ ਚਾਹੀਦਾ ਕਿਉਂਕਿ ਜਵਾਨ ਪੀੜੀ ਇਹਨਾਂ ਦੀ ਨਕਲ ਕਰਦੀ ਹੈ ਜੀ ਦੇ ਕਰਕੇ ਉਹ ਪਿਸਤੌਲਾਂਗਾ ਚਕਚਕ ਕੇ ਇਹ ਗੱਲ ਕਹਿ ਰਹੇ ਕਿ ਅਸਾਂ ਨੂੰ ਤਾਂ ਐਂ ਕਰਦੇ ਅਸਾਂ ਤਾਂ ਐਂ ਕਰਾਂਗੇ ਅਸੀਂ ਤਾਂ ਹੱਕ ਦੇ ਜ਼ੋਰ ਤੇ ਆ ਕਰ ਦੰਨੇ ਆ ਉਹ ਕਰ ਦੰਨੇ ਆ ਐਦਾਂ ਦੀਆਂ ਗੱਲਾਂ ਕਰਨ ਤੋਂ ਗੁਰੇਜ਼ ਕਰਨਾ ਚਾਹੀਦਾ ਪੰਜਾਬ ਨੂੰ ਲੋੜਾਂ ਕਿਹੜੀਆਂ ਚੀਜ਼ਾਂ ਦੀਆਂ ਤੇ ਆਪਾਂ ਲੋੜ ਦੀ ਥਾਂ ਦੇ ਉੱਤੇ ਕਰਦੇ ਕੀ ਕੋਈ ਜ ਸਾਨੂੰ ਆਪਣੇ ਆਪ ਨੂੰ ਵੀ ਸਮਝ ਹੋਣੀ ਚਾਹੀਦੀ ਆ ਪਰ ਸੂਬੇ ਦੀ ਸਰਕਾਰ ਨੂੰ ਇੱਕ ਬੇਨਤੀ ਹੋਰ ਹੈ ਜਿਹਦੇ ਵੱਲ ਕੇ ਖਿਆਲ ਨਹੀਂ ਕੀਤਾ ਪੰਜਾਬ ਦੇ ਵਿੱਚ ਨਜਾਇਜ਼ ਹਥਿਆਰ ਕਿੰਨੀ ਵੱਡੀ ਗਿਣਤੀ ਦੇ ਵਿੱਚ ਆ ਇਹਦੇ ਵੱਲ ਵੀ ਖਿਆਲ ਕਰਨਾ ਚਾਹੀਦਾ ਕਦੇ ਕਿਸੇ ਦਾ ਕਤਲ ਹੋ ਗਿਆ ਕਦੇ ਕਿਸੇ ਦਾ ਕਤਲ ਹੋ ਗਿਆ ਉਹ ਜਿਹੜੇ ਕਾਤਿਲ ਆ ਉਹ ਜਾਇਜ਼ ਲੈਸੈਂਸੀ ਹਥਿਆਰ ਥੋੜੀ ਲਈ ਫਿਰਦੇ ਆ ਉਹਨਾਂ ਦੇ ਵਿੱਚੋਂ ਵੱਡੀ ਗਿਣਤੀ ਦੇ ਵਿੱਚ ਇਹੋ ਜਿਹੇ ਬਦਮਾਸ਼ ਆ ਜਿਹੜੇ ਕਿ ਨਜਾਇਜ਼ ਅਸਲਾ ਚੱਕੀ ਫਿਰਦੇ ਆ ਇਹ ਨਜਾਇਜ਼ ਅਸਲਾ ਕਿੱਥੋਂ ਆਉਂਦਾ ਇਹਦੇ ਵੱਲ ਗੌਰ ਕਰਨੀ ਚਾਹੀਦੀ ਹੈ ਇਹ ਪਰਲੇ ਪਾਰੋਂ ਆਉਂਦਾ ਨਾਲ ਦੇ ਦੇਸ਼ ਦੇ ਵਿੱਚੋਂ ਜਾਂ ਕਿਤੇ ਹੋਰ ਆਉਂਦਾ ਹੈਗਾ ਇਹਦੇ ਵੱਲ ਗੌਰ ਕਰਨੀ ਚਾਹੀਦੀ ਹੈ ਕਿਉਂਕਿ ਇਸ ਵੇਲੇ ਨਜਾਇਜ਼ ਅਸਲਾ ਪੁਲਿਸ ਦੇ ਲਈ ਬਹੁਤ ਵੱਡੀ ਸਰਦਰਦੀ ਬਣਿਆ ਹੋਇਆ ਚੌਥੇ ਕਦੋਂ ਖਬਰ ਆਉਂਦੀ ਆ ਐਨੀਆਂ ਪਿਸਤੌਲਾਂ ਐਨੇ ਫਲਾਣੀ ਚੀਜ਼ਾਂ ਐਨੀਆਂ ਫਲਾਣੀਆਂ ਚੀਜ਼ਾਂ ਇਹ ਨਿੰਗਾ A K 47 ਫਲਾਣੀ ਥਾਂ ਤੋਂ ਮਿਲੀਆਂ ਸੋ ਇਹ ਪਿਸਤੌਲਾਂ ਇਹ ਬੰਦੂਕਾਂ ਇਹ ਹਥਿਆਰ ਆ ਜਿਹੜੇ ਉਹ ਪੰਜਾਬ ਦੇ ਲੋਕਾਂ ਦਾ ਕਿੰਨਾ ਵੱਡਾ ਨੁਕਸਾਨ ਕਰ ਰਹੇ ਤੇ ਕਰ ਦੇਣਗੇ ਇਹਦੇ ਵੱਲ ਗੌਰ ਕਰਨੀ ਚਾਹੀਦੀ ਆ ਸੋ ਸੂਬੇ ਦੀ ਸਰਕਾਰ ਨੂੰ ਇਸ ਗੱਲ ਦਾ ਤਾਂ ਪਤਾ ਵੀ ਪੰਜਾਬ ਦੇ ਵਿੱਚ ਲਾਇਸੈਂਸੀ ਹਥਿਆਰ ਕਿੰਨੇ ਆ ਮੇਰਾ ਖਿਆਲ ਵੀ ਲਗਭਗ 4 ਕਿ ਲੱਖ ਦੇ ਕਰੀਬ ਕਰੀਬ ਹੈਗਾ ਪਰ ਇਹ ਨਹੀਂ ਪਤਾ ਵੀ ਭਾਈ ਨਜਾਇਜ਼ ਅਸਲਾ ਕਿੰਨਾ ਜਿਨ੍ਹਾਂ ਦਾ ਕੋਈ ਲਾਇਸੈਂਸ ਨਹੀਂ ਉਹ ਗੈਰ ਕਾਨੂੰਨੀ ਅਸਲਾ ਕਿੰਨਾ ਹੈਗਾ ਸੋ ਇਹਦੇ ਵੱਲ ਸਭ ਤੋਂ ਵੱਡੀ ਗੌਰ ਚਾਹੀਦੀ ਆ ਪਰ ਜਦੋਂ ਤੱਕ ਨਤੀਜੇ ਸਾਹਮਣੇ ਨਹੀਂ ਆਉਂਦੇ ਜਿੰਨੀ ਦੇਰ ਤੱਕ ਅਸੀਂ ਹਥਿਆਰਾਂ ਨੂੰ ਪੇਸ਼ ਕਰਨ ਵਾਲੇ ਕਲਾਕਾਰਾਂ ਦੇ ਖਿਲਾਫ ਕਾਰਵਾਈ ਨਹੀਂ ਕਰਦੇ ਜਿੰਨੀ ਦੇਰ ਤੱਕ ਫੇਸਬੁੱਕ ਦੇ ਉੱਤੇ ਹਥਿਆਰਾਂ ਸਮੇਤ ਫੋਟੋਆਂ ਪਾਉਣ ਵਾਲੇ ਲੋਕਾਂ ਦੀ ਸ਼ਕਤੀ ਨਿਵਰਤਦੇ ਉਨੀ ਦੇਰ ਤੱਕ ਲੋਕਾਂ ਨੇ ਇਹ ਗੱਲ ਕਹਿਣੀ ਹੈ ਕਿ ਬਿਆਨ ਤਾਂ ਸੋਹਣਾ ਸੀ ਪਰ ਕੱਲਾ ਬਿਆਨ ਹੀ ਸੀ ਪਿਛਲੀ ਸਰਕਾਰ ਨੇ ਵੀ ਇਹ ਗੱਲ ਕੀਤੀ ਸੀ ਮੀਟਿੰਗਾਂ ਕੀਤੀਆਂ ਸੀ ਬਹੁਤ ਸਾਰੇ ਕਲਾਕਾਰਾਂ ਦੇ ਨਾਲ ਕਿ ਅਸੀਂ ਭਾਈ ਹਿੰਸਕ ਗੀਤ ਨਹੀਂ ਗਾਵਾਂਗੇ ਇੱਧਰ ਮੀਟਿੰਗ ਹੁੰਦੀ ਸੀ ਚਾਰ ਦਿਨਾਂ ਬਾਅਦ ਕੀਤਾ ਜਾਂਦਾ ਸੀ ਜਿਹਦੇ ਵਿੱਚ 25-30 ਜਣੇ ਬੰਦੂਕਾਂ ਚੱਕੀ ਫਿਰਦੇ ਹੁੰਦੇ ਸੀ ਸੋ ਇਸ ਗੱਲ ਨੂੰ ਸਮਝਣ ਦੀ ਲੋੜ ਆ ਵੀ ਇੰਨਾ ਸਾਰਿਆਂ ਨੂੰ ਅਸੀਂ ਜ਼ਿੰਮੇਵਾਰੀ ਦਾ ਪਾਲਣ ਕਰਨ ਵਾਸਤੇ ਮਜਬੂਰ ਕਰਾਂਗੇ ਸੋ ਪੰਜਾਬ ਦੇ ਵਿੱਚ ਸਭ ਕੁਝ ਠੀਕ ਰਹੇ ਤੇ ਵਿਆਹਾਂ ਸ਼ਾਦਗੀਆਂ ਦੇ ਵਿੱਚ ਵੀ ਸਭ ਕੁਝ ਠੀਕ ਰਹੇ ਖੁਸ਼ੀਆਂ ਗਮੀਆਂ ਦੇ ਸਮਾਗਮਾਂ ਵਿੱਚ ਸਭ ਕੁਝ ਠੀਕ ਰਹੇ ਤੇ ਫੁਕਰਿਆਂ ਤੋਂ ਪਾਈ ਗੁਰੇਜ਼ ਕਰਨਾ ਚਾਹੀਦਾ ਉਹਨਾਂ ਨੂੰ ਬੁਲਾਉਣ ਤੋਂ ਇਹ ਸਾਡੀ ਨਿੱਜੀ ਤੌਰ ਦੇ ਉੱਤੇ ਬੇਨਤੀ ਹੈ ਕਈ ਲੋਕ ਇਹ ਗੱਲ ਕਹਿ ਦਿੰਦੇ ਆ ਕਿ ਦੁਨੀਆ ਭਰ ਦੇ ਵਿੱਚ ਇਹਦਾ ਹਥਿਆਰ ਹੈਗੇ ਆ ਤੇ ਦੁਨੀਆ ਭਰ ਦੇ ਵਿੱਚ ਹਿੰਸਾ ਵੀ ਆ ਤੇ ਆਪਾਂ ਪੰਜਾਬ ਨੂੰ ਉਸ ਪਾਸੇ ਉਸ ਤਰਜ਼ ਦੇ ਉੱਤੇ ਕਿਉਂ ਤੋੜਨਾ ਆਪਾਂ ਪੰਜਾਬ ਘੁਗਵਸਤਾ ਰਵੇ ਪੰਜਾਬ ਦੇ ਵਿੱਚ ਸਾਰੇ ਭਾਈਚਾਰੇ ਅਮਨ ਸ਼ਾਂਤੀ ਨਾਲ ਰਹਿਣ ਚੈਨ ਨਾਲ ਰਹਿਣ ਸਕੂਨ ਨਾਲ ਰਹਿਣ ਇਹਦੇ ਵੱਲ ਗੌਰ ਕਰਗੇ ਤੇ ਇੱਕ ਜਾਣਕਾਰੀ ਇਸ ਖਬਰ ਦੇ ਨਾਲ ਹੋਰ ਜੋੜਨੀ ਬਣਦੀ ਹੈ ਕਿ ਸਿੱਧੂ ਮੂਸੇਵਾਲਾ ਦੇ ਪਿਤਾ ਦੇ ਵੱਲੋਂ ਰਜਿਸਟਰ ਦੇ ਉੱਤੇ ਦਸਤਖਤੀ ਮੁਹਿੰਮ ਛੇੜੀ ਗਈ ਹੈ ਉਹਨਾਂ ਨੇ ਇਹ ਗੱਲ ਕਹੀ ਹੈ ਵੀ ਸਾਡੇ ਘਰ ਦੇ ਵਿੱਚ ਜਿਹੜਾ ਵੀ ਵਿਅਕਤੀ ਆਊਗਾ ਉਹਦਾ ਨਾਂ ਪਤਾ ਥਾਂ ਗ੍ਰਾਂ ਲਿਖਿਆ ਜਾਊਗਾ ਇਸ ਰਜਿਸਟਰ ਦੇ ਉੱਤੇ ਤੇ ਉਹਨਾਂ ਨੇ ਗੱਲ ਕਹੀ ਕਿ ਜਦੋਂ 1 ਲੱਖ ਦਸਤਖਤ ਹੋ ਗਏ ਉਸ ਤੋਂ ਬਾਅਦ ਅਸੀਂ ਇਹ ਰਜਿਸਟਰ ਮਾਣ ਜੋਗ ਅਦਾਲਤ ਦੇ ਵਿੱਚ ਦੇਵਾਂਗੇ ਤੇ ਦੱਸਾਂਗੇ ਜੀ ਕਿ 1 ਲੱਖ ਬੰਦਾ ਚਾਹੁੰਦਾ ਜੀ ਇਨਸਾਫ ਮਿਲੇ ਫਿਰ ਅਸੀਂ ਇਨਸਾਫ ਦੇ ਲਈ ਪਟੀਸ਼ਨ ਪਾਵਾਂਗੇ ਤਾਂ ਜੋ ਫਿਰ ਸਾਨੂੰ ਅਸਲ ਅਰਥਾਂ ਦੇ ਵਿੱਚ ਇਨਸਾਫ ਮਿਲ ਸਕੇ ਸੋ ਜ਼ਰੂਰ ਤੇ ਇਸ ਵਕਤ ਇਸ ਗੱਲ ਦੀ ਹੈ ਕਿ ਇਨਸਾਫ ਮਿਲੇ ਵੀ ਪੰਜਾਬ ਦੇ ਵਿੱਚ ਕੁਝ ਵੀ ਅਣਸੁਖਾਵਾਂ ਭਵਿੱਖ ਦੇ ਵਿੱਚ ਨਾ ਵਾਪਰੇ ਸਭ ਕੁਝ ਚੜ੍ਹਦੀ ਕਲਾ ਦੇ ਵਿੱਚ ਰਹੇ ਇਹ ਸਭ ਦੇ ਲਈ ਜ਼ਰੂਰੀ ਵੀ ਹੈ ਪੰਜਾਬ ਦੇ ਲਈ ਜ਼ਰੂਰੀ ਹੈ ਆਮ ਖਾਸ ਲਈ ਜ਼ਰੂਰੀ ਹੈ ਹਰ ਨਗਰਕ ਵਾਸਤੇ ਜ਼ਰੂਰੀ ਹੈ ਲੰਘੇ ਕੱਲ ਗੁਰਮੀਤ ਰਾਹ ਰਹੀਮ ਦੀ ਇੱਕ ਨਵੀਂ ਖੋਜ ਸਾਹਮਣੇ ਆਈ ਆ ਵੈਸੇ ਭਾਰਤ ਦੇ ਵਿੱਚ ਖੋਜੀਆਂ ਦੀ ਘਾਟ ਨਹੀਂ ਤੁਹਾਨੂੰ ਚੇਤੇ ਹੋਣਾ ਮੈਨੂੰ ਵੀ ਯਾਦ ਆ ਵੀ ਇੱਕ ਵਾਰ ਇੱਕ ਸੀਨੀਅਰ ਨੇਤਾ ਨੇ ਇਹ ਗੱਲ ਕਹੀ ਸੀ ਕੁਝ ਕਵਰੇ ਪਹਿਲਾਂ ਵੀ ਜਦੋਂ ਮਹਾਭਾਰਤ ਹੋਈ ਸੀ ਉਸ ਵੇਲੇ ਵੀ ਵਾਈਫਾਈ ਦੀ ਸਹੂਲਤ ਭਾਰਤ ਦੇ ਵਿੱਚ ਸੀ ਉਸ ਵੇਲੇ ਵੀ ਇੱਕ ਤੋਂ ਦੂਜੇ ਥਾਂ ਤੱਕ ਸੁਨੇਹੇ ਪਹੁੰਚਾਉਣ ਦੇ ਲਈ ਵਾਈਫਾਈ ਚੱਲਦਾ ਸੀ ਤੇ ਉਸ ਵੇਲੇ ਕੁਝ ਕੁ ਲੋਕਾਂ ਦੇ ਵੱਲੋਂ ਇਹ ਵੀ ਗੱਲ ਕਹੀ ਗਈ ਸੀ ਵੀ ਜਦੋਂ ਲੜਾਈ ਹੁੰਦੀ ਸੀ ਉਦੋਂ ਡਾਟਾ ਬੰਦ ਕਰ ਦਿੰਦੇ ਸੀ ਕਿ ਡਾਟਾ ਉਦੋਂ ਚੱਲਦਾ ਹੀ ਰਹਿੰਦਾ ਸੀ ਮਤਲਬ ਇਹ ਆ ਕਿ ਭਾਰਤ ਦੇ ਵਿੱਚ ਇਹੋ ਜੀਆਂ ਖੋਜਾਂ ਕਰਨ ਵਾਲੇ ਲੋਕ ਸਮੇਂ-ਸਮੇਂ ਤੇ ਸਾਹਮਣੇ ਆਉਂਦੇ ਰਹਿੰਦੇ ਆ ਕੋਈ ਕਹੇ ਜੀ ਪਲਾਸਟਿਕ ਸਰਜਰੀ ਫਲਾੜੇ ਨੇ ਕੀਤੀ ਸੀ ਸ਼ੁਰੂ ਕੋਈ ਕਹੇ ਜੀ ਫਲਾਣੀ ਚੀਜ਼ ਫਲਾੜੇ ਨੇ ਸ਼ੁਰੂ ਕੀਤੀ ਸੀ ਕੋਈ ਅਵੱਲੀ ਗੱਲ ਹੋਰ ਕੱਢ ਮਾਰਦਾ ਕੋਈ ਕਿਸੇ ਹੋਰ ਚੀਜ਼ ਦੇ ਬਾਰੇ ਗੱਲ ਕੱਢ ਮਾਰਦਾ ਜਿਹਦੇ ਕਰਕੇ ਹੈਰਾਨੀ ਹੁੰਦੀ ਵੀ ਇਹ ਸਾਰੇ ਇੰਨੇ ਵੱਡੇ ਵਿਗਿਆਨੀ ਇੰਨੇ ਵੱਡੇ ਗਿਆਨੀ ਇਹ ਸਾਰੇ ਭਾਰਤ ਦੇ ਵਿੱਚ ਹੀ ਪੈਦਾ ਹੁੰਦੇ ਆ ਇਨਾਂ ਦੇ ਵੱਲੋਂ ਜਿਹੜੇ ਕੰਮ ਕੀਤੇ ਜਾਣੇ ਚਾਹੀਦੇ ਆ ਉਹ ਕਰਦੇ ਨਹੀਂ ਤੇ ਜਿਹਨਾਂ ਨੇ ਲੋੜ ਕੋਈ ਨਹੀਂ ਉਹ ਕਰਦੇ ਜ਼ਰੂਰ ਆ ਹੁਣ ਇਹੀ ਗੱਲ ਗੁਰਮੀਤ ਆब्राहੀਮ ਹੋਰਾਂ ਦੇ ਵੱਲੋਂ ਕੀਤੀ ਗਈ ਆ ਉਹਨਾਂ ਨੇ ਗੱਲ ਕਹੀ ਆ ਜੀ ਕਿ ਕਲੋਨ ਵਿਧੀ ਆ ਜਿਹੜੀ ਕਲੋਨ ਵਿਧੀ ਰਾਹੀਂ ਜਿਹੜੇ ਬੱਚੇ ਤਿਆਰ ਕਰਨੇ ਲੋਕ ਤਿਆਰ ਕਰਨੇ ਇਹ 라ਵਣ ਦੇ ਵੱਲੋਂ ਕੀਤਾ ਗਿਆ ਸਾਰਾ ਕੁਝ ਉਹਨਾਂ ਨੇ ਕਿਹਾ ਜੀ ਕਿ ਮੈਂ ਕਰ ਰਿਸਰਚ ਕੀਤੀ ਆ ਇਸ ਰਿਸਰਚ ਦੇ ਰਾਹੀਂ ਮੈਂ ਇਸ ਟੀਡੇ ਉੱਤੇ ਪਹੁੰਚਿਆ ਕਿ 1 ਲੱਖ ਦੇ ਕਰੀਬ ਲੋਕਾਂ ਨੂੰ ਕਲੋਨ ਵਿਧੀ ਰਾਹੀਂ 라ਵਣ ਨੇ ਤਿਆਰ ਕੀਤਾ ਇਸੇ ਕਰਕੇ ਤਾਂ 라ਵਣ ਦੇ ਇੱਕੋ ਜਿਹੇ ਚਿਹਰੇ ਮੂਰੇ ਵਾਲੇ ਜਿਹੜੇ ਲੋਕ ਆ ਉਹਨਾਂ ਦੀ ਮੌਤ ਨਹੀਂ ਸੀ ਹੁੰਦੀ ਤੇ ਨਾਲ ਹੀ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਮੈਂ ਕੋ ਹਵਾ ਚ ਡਾਂਗ ਨਹੀਂ ਮਾਰੀ ਗੁਰਮੀਤ ਰਾਮ ਰਹੀਮ ਨੇ ਕਿਹਾ ਜੀ ਕਿ ਮੈਂ ਤਾਂ ਕੱਲੀ ਕੱਲੀ ਗੱਲ ਦੇ ਕੋਕੇ ਜਿਹੜੇ ਪਏ ਆ ਉਹ ਕਹਿੰਦੇ ਜੀ ਕਿ ਮੈਂ ਤਾਂ ਵਾਲ ਦੀ ਖੱਲ ਲਾਉਣ ਤੱਕ ਜਨ ਮੈਂ ਤਾਂ ਕੱਲੀ ਕੱਲੀ ਗੱਲ ਦੇ ਉੱਤੇ ਪੂਰੀ ਤਿੱਖੀ ਬਾਜ਼ ਅੱਖ ਰੱਖਦਾ ਸੋ ਇਸ ਗੱਲ ਦੇ ਉੱਤੇ ਕੁਝ ਕੋ ਲੋਕਾਂ ਨੂੰ ਹਾਸਾ ਆਉਂਦਾ ਪਰ ਜਿਹੜੇ ਉਹਨਾਂ ਨੂੰ ਪਿਤਾ ਜੀ ਕਹਿੰਦੇ ਉਹ ਕਦੇ ਵੀ ਇਹ ਗੱਲ ਸਾਡੇ ਪਿਤਾ ਜੀ ਹੀ ਕਰ ਸਕਦੇ ਆ ਇਹ ਪਿਤਾ ਜੀ ਦੀ ਖੋਜ ਆ ਇਹ ਨਿਰਾਲੀ ਖੋਜ ਆ ਇਹ ਨਰਾਲੀਆਂ ਖੋਜਾਂ ਪਿਤਾ ਜੀ ਦੇ ਹਿੱਸੇ ਦੇ ਵਿੱਚ ਆਈਆਂ। ਤੋਂ ਜਿਹੜੇ ਸਾਡੇ ਸੂਝਵਾਨ ਦਰਸ਼ਕ ਹੈ ਇਹ ਵੀ ਸੋਚ ਰਹਿਣ ਵੀ ਭਾਈ ਜਿਹੜੀ ਕਲੋਨ ਵਿਧੀ ਆ ਇਹ ਸੱਚੀ ਮੁੱਚੀ ਕਿੰਨੇ ਲੱਭੀ ਹੋਣੀ ਆ। ਗੁਰਮੀਤ ਰਾਮ ਰਹੀਮ ਨੇ ਤਾਂ ਇਹ ਕਹਤਾ ਵੀ ਇਹ ਰਾਵਣ ਦੀ ਕਿਰਪਾ ਤੇ ਰਾਵਣ ਦੇ ਵੱਲੋਂ ਸਾਰਾ ਕੁਝ ਕੀਤਾ ਗਿਆ। ਇਹ ਰਾਵਣ ਦੀ ਖੋਜ ਆ। ਰਾਵਣ ਨੇ ਆਪਣੇ ਪੁੱਤਰਾਂ ਨੇ ਸੇਲਾਂ ਦੇ ਰਾਹੀਂ ਕਲੋਨ ਵਿਧੀ ਰਾਹੀਂ ਬਹੁਤ ਸਾਰੇ ਲੋਕਾਂ ਨੂੰ ਤਿਆਰ ਕੀਤਾ। ਉਹਨਾਂ ਨੂੰ ਆਪਣੀ ਫੌਜ ਦੇ ਵਿੱਚ ਆਪਣੀ ਸੈਰਾਂ ਦੇ ਵਿੱਚ ਰੱਖਿਆ ਤੇ ਇਸ ਤਰੀਕੇ ਨਾਲ ਹੀ ਉਹਨੇ ਲੜਾਈਆਂ ਲੜੀਆਂ। ਪਹਿਲਾਂ ਇਸ ਰਿਪੋਰਟ ਦਾ ਵੀਰਵਾ ਤੇ ਫਿਰ ਕਰਾਂਗੇ ਟੱਪਰੀ। ਪੈਰੋਲ ਦੇ ਉੱਤੇ ਜੇਲ੍ਹ ਦੇ ਵਿੱਚੋਂ ਬਾਹਰ ਆਏ ਗੁਰਮੀਤ ਰਾਮ ਰਹੀਮ ਨੇ ਵਿਗਿਆਨੀਆਂ ਨੂੰ ਚੜ੍ਹੋਤੀ ਰਣੀ ਸ਼ੁਰੂ ਕਰ ਦਿੱਤੀ ਹੈ ਗੁਰਮੀਤ ਰਾਮ ਰਹੀਮ ਨੇ ਕਿਹਾ ਕਿ ਰਾਵਣ ਦੁਨੀਆ ਦਾ ਸਭ ਤੋਂ ਪਹਿਲਾ ਗਿਆਤਾ ਸੀ ਰਾਵਣ ਨੇ ਕਲੋਨ ਕਰਕੇ 1 ਲੱਖ ਬੱਚੇ ਪੈਦਾ ਕੀਤੇ ਅੱਜ ਥੋੜਾ ਜਿਹਾ ਕੁਝ ਕਰਕੇ ਲੋਕ ਹੰਕਾਰੇ ਜਾਂਦੇ ਨੇ ਪਰ ਇਹ ਲੋਕ ਹਲੇ ਬਹੁਤ ਪਿੱਛੇ ਨੇ ਗੁਰਮੀਤ ਰਾਮ ਰਹੀਮ ਨੇ ਰਾਵਣ ਨੂੰ ਕਲੋਨ ਗਿਆਤਾ ਦੱਸਦੇ ਹੋਏ ਕਿਹਾ ਕਿ ਮੈਂ ਝੂਠ ਨਹੀਂ ਬੋਲ ਰਿਹਾ ਮੈਂ ਖੁਦ ਇਸ ਤੇ ਰਿਸਰਚ ਕੀਤੀ ਹੈ ਸੁਰੀਬ ਅੰਗਦ ਜਾਂ ਹਨੂਮਾਨ ਨੇ ਰਾਮ ਜੀ ਨੂੰ ਕਿਹਾ ਕਿ ਅਸੀਂ ਯੁੱਧ ਨਹੀਂ ਜਿੱਤ ਸਕਦੇ 라ਵਣ ਦੇ ਬੱਚੇ ਮਰਨ ਦਾ ਨਾਂ ਨਹੀਂ ਲੈ ਰਹੇ ਤਾਂ ਰਾਮ ਜੀ ਹੱਸਣ ਲੱਗ ਗਏ ਰਾਮ ਜੀ ਨੇ ਕਿਹਾ ਕਿ ਇਹ ਜ਼ਿੰਦਾ ਨਹੀਂ ਹੋ ਰਿਹਾ ਸਭੋ ਬੋਲੇ ਕਿ ਇਹ ਸਾਰੇ ਇੱਕੋ ਜਿਹੇ ਨੇ ਅਸੀਂ ਰਿਸਰਚ ਕੀਤੀ ਤਾਂ ਪਤਾ ਲੱਗਾ ਕਿ 라ਵਣ ਨੇ ਆਪਣੇ ਵੈਦ ਸੁਜੈਨ ਦੀ ਮਦਦ ਦੇ ਨਾਲ ਰੀਅਲ ਬੱਚਿਆਂ ਦੇ ਸਿਰ ਲੈ ਕੇ ਤੇ ਬਾਅਦ ਦੇ ਵਿੱਚ 1 ਲੱਖ ਬੱਚੇ ਪੈਦਾ ਕੀਤੇ ਗੁਰਮੀਤ ਰਾਮ ਰਹੀਮ ਨੇ ਕਿਹਾ ਕਿ ਅੱਜ ਵੀ ਸਾਡੇ ਵਿਗਿਆਨੀ ਬਹੁਤ ਪਿੱਛੇ ਨੇ ਇਹ ਕਮਾਲ ਸੀ ਮੇਰੇ ਪੜਨ ਦੇ ਵਿੱਚ ਗੱਲ ਆਈ ਹਰ ਕਿਸੇ ਦੇ ਸਮਝ ਦੇ ਵਿੱਚ ਨਹੀਂ ਇਹ ਗੱਲ ਪੈ ਸਕਦੀ ਅਸੀਂ ਤਾਂ ਵਾਲ ਦੀ ਖਲ ਵੀ ਲਾ ਦਿੰਦੇ ਹਾਂ ਰਾਮ ਰਹੀਮ ਨੇ ਕਿਹਾ ਕਿ ਮਹਾ ਭਾਰਤ ਤੇ ਰਮਾਇਣ ਕਾਲ ਦੇ ਵਿੱਚ ਬਹੁਤ ਸਾਰੀਆਂ ਜੜੀ ਬੂਟੀਆਂ ਦਾ ਜ਼ਿਕਰ ਹੈ ਪੁਰਾਤਨ ਗ੍ਰੰਥਾਂ ਦੇ ਵਿੱਚ ਵੀ ਲਿਖਿਆ ਹੋਇਆ ਕਿ ਇਹੋ ਇਹੋ ਜੇ ਲੇਪ ਪਾਉਂਦੇ ਸਨ ਜਿਵੇਂ ਕਿ ਮਹਾ ਭਾਰਤ ਕਾਲ ਦੇ ਵਿੱਚ ਸੁਨੇ ਲੇਪ ਹੋਇਆ ਜਿਹੜੀ ਵੀ ਜ਼ਖਮ ਦੇ ਉੱਤੇ ਲੱਗਦਾ ਸੀ ਉਹ ਜ਼ਖਮ ਖਤਮ ਹੋ ਜਾਂਦਾ ਸੀ ਜੇ ਟੁੱਟੀ ਹੋਈ ਹੱਡੀ ਦੇ ਉੱਤੇ ਸ਼ਾਮ ਨੂੰ ਲਾਉਂਦੇ ਸਾਂ ਤਾਂ ਉਹ ਤੜਕੇ ਤੱਕ ਠੀਕ ਹੋ ਜਾਂਦੀ ਸੀ ਇਹ ਸਾਰੀਆਂ ਗੱਲਾਂ ਅੱਜ ਇਨਸਾਨ ਨੂੰ ਮਜ਼ਾਕ ਲੱਗਦੀਆਂ ਨੇ ਪਰ 100% ਇਹ ਸੱਚ ਹੈ। ਉਹਨਾਂ ਨੇ ਕਿਹਾ ਕਿ ਮੈਡੀਟੇਸ਼ਨ ਦੇ ਵਿੱਚ ਮੈਂ ਖੁਦ ਇਸ ਗੱਲ ਨੂੰ ਅਨੁਭਵ ਕੀਤਾ। ਹਾਲਾਂਕਿ ਇਸ ਦੌਰਾਨ ਕੁਝ ਲੋਕ ਇਹੋ ਜਿਹੇ ਵੀ ਆਏ ਜਿਨ੍ਹਾਂ ਨੇ ਸਾਡੇ ਪ੍ਰਾਤਨ ਗ੍ਰੰਥਾ ਨੂੰ ਮਿਟਾਉਣ ਦੀ ਕੋਸ਼ਿਸ਼ ਕੀਤੀ ਹੈ। ਗੁਰਮੀਤ ਰਾਮ ਰਹੀਮ ਨੇ ਕਿਹਾ ਕਿ ਇੱਕ ਵਾਰ ਲਾਸ ਐਂਜਲਸ ਦਾ ਇੱਕ ਵਿਗਿਆਨੀ ਮੁੰਬਈ ਦੇ ਵਿੱਚ ਮਿਲਿਆ। ਅਸੀਂ ਉਸ ਵਿਗਿਆਨੀ ਦਾ ਨਾਮ ਨਹੀਂ ਦੱਸਾਂਗੇ। ਉਸ ਨੇ ਕਿਹਾ ਕਿ ਲਾਸ ਐਂਜਲਸ ਨੇ ਡੀਐਨਏ ਦੇ ਉੱਤੇ 70% ਦੀ ਕੰਮ ਪੂਰਾ ਕਰ ਲਿਆ ਪਰ ਉਸ ਦੀ ਖੋਜ ਨੂੰ ਦਬਾ ਦਿੱਤਾ ਗਿਆ। ਕਿਉਂਕਿ ਉਹਨਾਂ ਨੂੰ ਡਰ ਸੀ ਕਿ ਜੇ ਕਿਤੇ ਡੀਐਨਏ ਹੀ ਠੀਕ ਹੋਣ ਲੱਗਾ ਤਾਂ ਬਹੁਤ ਸਾਰੇ ਡਾਕਟਰ ਬੇਰੋਜ਼ਗਾਰ ਹੋ ਜਾਣਗੇ ਬਹੁਤ ਸਾਰੀਆਂ ਦਵਾਈਆਂ ਦੀਆਂ ਫੈਕਟਰੀਆਂ ਬੰਦ ਹੋ ਜਾਣੀਆਂ ਡੀਐਨਏ ਦਾ ਸੁਪਰ ਸਪੈਸ਼ਲਿਸਟ ਆਉਣ ਨਾਲ ਪੂਰੀ ਦੁਨੀਆ ਦੇ ਵਿੱਚ ਇੱਕ ਨਵੀਂ ਕ੍ਰਾਂਤੀ ਆ ਸਕਦੀ ਹੈ ਇਸ ਖਬਰ ਦੇ ਉੱਤੇ ਟਿੱਪਣੀ ਕਰਦੇ ਦੋਸਤੋ ਪਹਿਲੀ ਗੱਲ ਤਾਂ ਇਹ ਕਹਾਂਗੇ ਕਿ ਗੁਰਮੀਤ ਰਾਮ ਰਹੀਮ 40 ਦਿਨਾਂ ਦੇ ਲਈ ਰੋहतक ਦੀ ਸੁਨਾਰੀਆ ਜੇਲ੍ਹ ਦੇ ਵਿੱਚੋਂ ਬਾਹਰ ਆਇਆ ਉਹਦੇ ਕੁਝ ਕੰਮ ਕੱਢਣ ਬਾਕੀ ਹੈ ਤੇ ਕੁਝ ਦਿਨਾਂ ਬਾਅਦ ਰੋहतक ਦੀ ਸੁਨਾਰੀਆ ਜੇਲ੍ਹ ਦੇ ਵਿੱਚ ਉਹਨੇ ਵਾਪਸ ਚਲੇ ਜਾਣਾ ਪਰ ਉਸ ਤੋਂ ਪਹਿਲਾਂ ਪਹਿਲਾਂ ਗੁਰਬੀਤ ਰਾਮ ਰਹੀਮ ਨੇ ਖੋਜਾਂ ਕਰਦੀਆਂ ਸ਼ੁਰੂ ਕੀਤੀਆਂ ਦੇਖੋ ਆਸਥਾ ਇੱਕ ਪਾਸੇ ਜਿਹੜੇ ਵੀ ਲੋਕਾਂ ਦੀ ਆਸਥਾ ਅਸੀਂ ਉਹਦੇ ਉੱਤੇ ਕੋਈ ਟਿੱਪਣੀ ਨਹੀਂ ਕਰਦੇ ਸਭ ਦਾ ਆਪੋ ਆਪਣਾ ਤਰੀਕਾ ਕਿਸੇ ਨੂੰ ਵੀ ਮੰਨਣ ਦਾ ਕਿਸੇ ਲਈ ਉਹ ਰੱਬ ਆ ਕਿਸੇ ਦੇ ਲਈ ਜ਼ਬਰ ਜਨਾਬ ਵਾਲਾ ਬੰਦਾ ਕਿਸੇ ਦੇ ਲਈ ਉਹ ਬਹੁਤ ਵੱਡਾ ਕੋਈ ਇਸ ਵੇਲੇ ਪਰ ਉਪਕਾਰ ਕਰਨ ਵਾਲਾ ਤੇ ਕਿਸੇ ਦੇ ਲਈ ਇਹ ਆ ਵੀ ਭਾਈ ਜੋ ਮਾਨਯੋਗ ਅਦਾਲਤ ਨੇ ਫੈਸਲਾ ਸੁਣਾਇਆ ਉਹਨੂੰ ਅਸੀਂ ਝੂਠਾ ਕਿਵੇਂ ਪਾ ਦਗੇ ਸਭ ਦੇ ਵਿਚਾਰ ਆਪੋ ਆਪਣੇ ਆ ਮੈਂ ਵੀ ਕਦੇ-ਕਦੇ ਗੱਲ ਸੋਚਦਾ ਹੁੰਨਾ ਕਿ ਭਾਰਤ ਦੇ ਵਿੱਚ ਜਿਹਦੇ ਉੱਤੇ 3600 ਕਿਸਮ ਦੇ ਦੋਸ਼ ਲੱਗੇ ਆ ਉਹਸ ਬੰਦੇ ਨੂੰ ਵੀ ਲੋਕ ਰੱਬ ਬਣਾ ਕੇ ਬੈਠ ਜਾਂਦੇ ਆ ਇਹ ਮੇਰੇ ਆਪਣੇ ਵਿਚਾਰ ਆ ਪਰ ਕਿਸੇ ਦੇ ਕਿਵੇਂ ਵਿਚਾਰ ਆ ਮੈਂ ਉਹਨਾਂ ਦੇ ਵਿਚਾਰਾਂ ਨੂੰ ਕਦੇ ਨਹੀਂ ਗੱਲ ਕਹਿੰਦਾ ਵੀ ਤੂੰ ਮੇਰੇ ਵਾਂਗੂ ਕਿਉਂ ਨਹੀਂ ਸੋਚਦਾ ਪਰ ਉਸ ਤੋਂ ਅਗਲੀ ਗੱਲ ਮਹੱਤਵਪੂਰਨ ਇਹ ਆ ਵੀ ਗੁਰਮੀਤ ਰਾਮ ਰਹੀਮ ਦੇ ਵੱਲੋਂ ਜਿਹੜੀ ਖੋਜ ਕੀਤੀ ਗਈ ਆ ਇਹਦੇ ਉੱਤੇ ਮੈਨੂੰ ਹੈਰਾਨੀ ਹੁੰਦੀ ਆ ਗੁਰਮੀਤ ਰਾਮ ਰਹੀਮ ਨੇ ਕਹਿ ਦਿੱ ਜੇ ਕਲੋਨ ਵੀ ਦੀ ਤਿਆਰ ਕੀਤੀ ਆ 라ਵਣ ਨੇ ਤੇ 라ਵਣ ਦੇ ਵੱਲੋਂ ਇਹ ਸਭ ਤੋਂ ਪਹਿਲਾਂ ਕੁਝ ਕਰਕੇ ਦਿਖਾਇਆ ਗਿਆ ਉਹਦੇ ਵੱਲੋਂ 1 ਲੱਖ ਲੋਕਾਂ ਨੂੰ ਤਿਆਰ ਕੀਤਾ ਗਿਆ ਇਸ ਵਿਧੀ ਦੇ ਰਾਹੀਂ ਸੋ ਜਿਹੜੀਆਂ ਗੱਲਾਂ ਅੱਜ ਵਿਗਿਆਨ ਦੀ ਸਮਝ ਦੇ ਵਿੱਚ ਨਹੀਂ ਆਉਂਦੀਆਂ ਗੁਰਮੀਤ ਰਾਮ ਰਹੀਮ ਦੀ ਸਮਝ ਦੇ ਵਿੱਚ ਕਿਵੇਂ ਆਈਆਂ ਇਹ ਬੜੀ ਅਚੰਬੇ ਵਾਲੀ ਗੱਲ ਹੈ ਮੇਰੀ ਬੇਨਤੀ ਹੈ ਅੰਨੀ ਭਗਤੀ ਇੱਕ ਪਾਸੇ ਤਰਕ ਦੀ ਗੱਲ ਇੱਕ ਪਾਸੇ ਜਿਹੜੀਆਂ ਗੱਲਾਂ ਹੁਣ ਤੱਕ ਸਾਡੇ ਧਿਆਨ ਗੋਚਰੇ ਆਈਆਂ ਨਹੀਂ ਜਿਨ੍ਹਾਂ ਨੂੰ ਅਸੀਂ ਇਤਿਹਾਸ ਜਾਂ ਇਤਿਹਾਸ ਦੇ ਪ੍ਰਤੀਕ ਮੰਨਦੇ ਆ ਗੁਰਮੀਤ ਰਾਮ ਰਹੀਮ ਹੋਰੀ ਉਹਦੇ ਉੱਤੇ ਵੀ ਖੋਜਾਂ ਕਰਦੇ ਆ ਗੁਰਮੀਤ ਰਾਮ ਰਹੀਮ ਹੋਰੀ ਜੋ ਕਹਿੰਦੇ ਆ ਉਹਨਾਂ ਸਾਰੀਆਂ ਗੱਲਾਂ ਦੇ ਉੱਤੇ ਉਵੇਂ ਯਕੀਨੀ ਕੀਤਾ ਜਾ ਸਕਦਾ ਸੋ ਤੁਸੀਂ ਆਪਣਾ ਧਰਮ ਦਾ ਪ੍ਰਚਾਰ ਕਰਦੇ ਹੋ ਤੁਸੀਂ ਆਪਣੇ ਤਰੀਕੇ ਨਾਲ ਵਿਚਰਦੇ ਹੋ ਤੁਸੀਂ ਸਮਾਜ ਦੇ ਕਲਿਆਣ ਦੀ ਗੱਲ ਕਰਦੇ ਹੋ ਲਖਵਰ ਕਰੋ ਪਰ ਗੱਲ ਇਹ ਵੀ ਜਦੋਂ ਖੋਜਾਂ ਦੀ ਗੱਲ ਚੱਲ ਪੈਂਦੀ ਆ ਉਦੋਂ ਇੰ样 ਲੱਗਦਾ ਵੀ ਅਸੀਂ ਹਰ ਪਾਸੇ ਕੋਈ ਨਾ ਕੋਈ ਚੱਕਰ ਚਲਾਉਨੇ ਆ ਅਸੀਂ ਹਰ ਗੱਲ ਦੇ ਵਿੱਚ ਦਖਲ ਦਿੰਨੇ ਆ ਸੋ ਇਹ ਗੱਲਾਂ ਕਿ ਡੀਐਨਏ ਕਿਵੇਂ ਆ ਡੀਐਨਏ ਦੇ ਮਾਮਲੇ ਦੇ ਉੱਤੇ ਜਿਹੜੀ ਨਵੀਂ ਖੋਜ ਕੱਢ ਮਾਰੀ ਆ ਇਹਦੇ ਉੱਤੇ ਮੈਨੂੰ ਤਾਂ ਬਹੁਤ ਹੈਰਾਨੀ ਹੋਈ ਆ ਪਰ ਭਗਤਾ ਉਹ ਕਹਿੰਦੇ ਵੀ ਸਾਡੇ ਪਿਤਾ ਜੀ ਕਮਾਲ ਹੀ ਕਰਦੇ ਹੁੰਦੇ ਆ ਸਾਡੇ ਪਿਤਾ ਜੀ ਹੀ ਆਇਆ ਕਰ ਸਕਦੇ ਆ ਹੋਰ ਨਹੀਂ ਕੋਈ ਇੰ样 ਕਰ ਸਕਦਾ ਪੰਜਾਬ ਦੇ ਵਿੱਚ ਅੱਜ ਜਿਹੜੇ ਵੀ ਤੁਸੀਂ ਵਿਧਾਇਕ ਨੂੰ ਫੋਨ ਕਰਦੇ ਹੋ ਉਹਨਾਂ ਦੇ ਵਿੱਚੋਂ 50% ਵਿਧਾਇਕ ਇਹ ਗੱਲ ਕਹਿੰਦੇ ਆ ਵੀ ਭਾਈ ਅਸੀਂ ਤਾਂ ਗੁਜਰਾਤ ਪਹੁੰਚ ਗਏ ਆ ਜਾਂ ਗੁਜਰਾਤ ਪਹੁੰਚਣ ਵਾਲੇ ਆ ਜਾਂ ਹਾਲੇ ਗੁਜਰਾਤ ਦੇ ਵਿੱਚੋਂ ਹਫ਼ਤੇ ਤੱਕ ਅਸੀਂ ਵਾਪਸ ਆਉਣਾ ਜੇ ਕਿਸੇ ਮੰਤਰੀ ਸਾਹਿਬ ਨੂੰ ਫੋਨ ਕਰਦੇ ਆ ਉਹ ਕਹਿੰਦੇ ਜੀ ਗੁਜਰਾਤ ਦੇ ਵਿੱਚ ਆ ਇਸ ਵੇਲੇ ਪ੍ਰਚਾਰ ਦਾ ਕੰਮ ਜ਼ੋਰਾਂ ਦੇ ਉੱਤੇ ਆ ਕਹਿਣ ਦਾ ਭਾਵ ਇਹ ਹੈ ਕਿ ਇਸ ਵੇਲੇ ਆਮ ਆਦਮੀ ਪਾਰਟੀ ਦੀ ਅੱਧੀ ਲੀਡਰਸ਼ਿਪ ਆ ਜਿਹੜੀ ਉਹ ਗੁਜਰਾਤ ਦੇ ਵਿੱਚ ਆ ਪਹਿਲੀ ਦਸੰਬਰ ਨੂੰ ਤੇ 5 ਦਸੰਬਰ ਨੂੰ ਗੁਜਰਾਤ ਦੇ ਵਿੱਚ ਵੋਟਾਂ ਪੈਣੀਆਂ ਦੋ ਪੜਾਵਾਂ ਦੇ ਵਿੱਚ ਵੋਟਾਂ ਪੈਣੀਆਂ ਹਿਮਾਚਲ ਦੇ ਵਿੱਚ ਵੋਟਾਂ ਪੈ ਹਟੀਆਂ ਕੀ ਗੁਜਰਾਤ ਦੇ ਵਿੱਚ ਆਮ ਆਦਮੀ ਪਾਰਟੀ ਦੇ ਪੈਰ ਲੱਗਣਗੇ ਕੀ ਆਮ ਆਦਮੀ ਪਾਰਟੀ ਪੰਜਾਬ ਤੋਂ ਬਾਅਦ ਇੱਕ ਹੋਰ ਸੂਬਾ ਆਪਣੀ ਝੋਲੀ ਚ ਪਾ ਸਕੂਗੀ ਇਹ ਲੋਕਾਂ ਦੇ ਮਨ ਦੇ ਵਿੱਚ ਉੱਠਦੇ ਸਵਾਲ ਆ ਪਰ ਪਹਿਲਾਂ ਇਸ ਰਿਪੋਰਟ ਦਾ ਵਿਰਵਾ ਤੇ ਫਿਰ ਕਰਾਂਗੇ ਟਪਣੀ ਆਮ ਆਦਮੀ ਪਾਰਟੀ ਦੇ ਵੱਲੋਂ ਗੁਜਰਾਤ ਦੇ ਵਿੱਚ ਪ੍ਰਚਾਰ ਪੂਰੇ ਜ਼ੋਰਾਂ ਸ਼ੁਰਾਂ ਨਾਲ ਜਾਣੀ ਜਾ ਰਹੀ ਹੈ ਆਮ ਆਦਮੀ ਪਾਰਟੀ ਲਗਾਤਾਰ ਉੱਥੇ ਨੱਠ ਕੇ ਪ੍ਰਚਾਰ ਕਰ ਰਹੀ ਹੈ ਹਿਮਾਚਲ ਪ੍ਰਦੇਸ਼ ਦੇ ਵਿੱਚ ਪ੍ਰਚਾਰ ਪੱਖੋਂ ਪਛੜੀ ਆਮ ਆਦਮੀ ਪਾਰਟੀ ਗੁਜਰਾਤ ਦੇ ਵਿੱਚ ਕੋਈ ਕਸਰ ਬਾਕੀ ਨਹੀਂ ਛੱਡਣਾ ਚਾਹੁੰਦੀ ਆਮ ਆਰਮੀ ਪਾਰਟੀ ਨੂੰ ਇਸ ਗੱਲ ਦੀ ਆਸ ਹੈ ਕਿ ਗੁਜਰਾਤ ਦੇ ਵਿੱਚ ਉਹਨਾਂ ਦੀ ਦਾਲ ਗਲ ਜਾਣੀ ਹੈ ਹਾਲਾਂਕਿ ਉੱਥੋਂ ਦੇ ਲੋਕ ਕਿਹਨੂੰ ਵੋਟ ਪਾਉਂਦੇ ਨੇ ਇਹ ਵਕਤ ਦੱਸੇਗਾ ਪਰ ਜੇਕਰ ਪੰਜਾਬ ਦਿੱਲੀ ਗੁਜਰਾਤ ਹਿਮਾਚਲ ਤੇ ਹਰਿਆਣਾ ਪੰਜ ਸੂਬਿਆਂ ਦੇ ਭੂਗੋਲਕ ਹਾਲਾਤ ਵੱਲ ਨਜ਼ਰ ਮਾਰੀਏ ਤਾਂ ਸਭ ਦੇ ਹਾਲਾਤ ਵੱਖੋ-ਵੱਖਰੇ ਨੇ ਜੋ ਗੁਜਰਾਤ ਦੇ ਵਿੱਚ ਲੋਕ ਸੋਚਦੇ ਨੇ ਜ਼ਰੂਰੀ ਨਹੀਂ ਕਿ ਉਹ ਪੰਜਾਬ ਦੇ ਸੋਚਣ ਜੋ ਪੰਜਾਬ ਦੇ ਵਿੱਚ ਸੋਚਿਆ ਜਾ ਰਿਹਾ ਜ਼ਰੂਰੀ ਨਹੀਂ ਕਿ ਹਿਮਾਚਲ ਦੇ ਵਿੱਚ ਸੋਚਿਆ ਜਾਵੇ। ਸੋ ਗੁਜਰਾਤ ਦੇ ਵਿੱਚ ਜਿਸ ਤਰੀਕੇ ਦੇ ਨਾਲ ਆਮ ਆਦਮੀ ਪਾਰਟੀ ਭਾਜਪਾ ਨੂੰ ਟੱਕਰ ਦੇਣ ਦੀ ਕੋਸ਼ਿਸ਼ ਕਰ ਰਹੀ ਹੈ ਇਹਦੇ ਵਿੱਚ ਕਿੰਨੀਆਂ ਸੀਟਾਂ ਆਮ ਆਦਮੀ ਪਾਰਟੀ ਦੀ ਝੋਲੀ ਵਿੱਚ ਪੈਣੀਆਂ ਵਕਤ ਦੱਸੇਗਾ ਪਰ ਪੰਜਾਬ ਦੇ ਮੁੱਖ ਮੰਤਰੀ ਤੋਂ ਲੈ ਕੇ ਅਦੋਂ ਵੱਧ ਕੈਬਨਿਟ ਤੋਂ ਲੈ ਕੇ ਅਦੋਂ ਵੱਧ ਪੰਜਾਬ ਦੇ ਜਿਹੜੇ ਆਮ ਆਦਮੀ ਪਾਰਟੀ ਦੇ ਵਿਧਾਇਕ ਨੇ ਉਹ ਇਸ ਵੇਲੇ ਗੁਜਰਾਤ ਦੇ ਵਿੱਚ ਪੱਭਾਂ ਪਾਰ ਹਨ। ਇਸ ਖਬਰ ਦੇ ਉੱਤੇ ਟਿੱਪਣੀ ਕਰਨ ਲਈ ਦੋਸਤੋ ਪਹਿਲੀ ਗੱਲ ਤਾਂ ਸੇ ਕਹਾਂਗੇ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਨੇ ਜਿੱਤੇ ਪੰਜਾਬ ਦੇ ਵਿੱਚ ਅਕਾਲੀ ਦਲ ਦੇ ਆਗੂਆਂ ਨੂੰ ਤੇ ਕਾਂਗਰਸ ਦੇ ਆਗੂਆਂ ਨੂੰ ਲੋਕਾਂ ਨੇ ਹਰਾਇਆ। ਇਹ ਗੱਲ ਸੋਚੀ ਕਿ ਇਹਨਾਂ ਦੋਹਾਂ ਦੇ ਉਮੀਦਵਾਰਾਂ ਨੂੰ ਵੋਟਾਂ ਨਹੀਂ ਪਾਉਣੀਆਂ ਹੋਰ ਜਿਹਨੂੰ ਮਰਜ਼ੀ ਪਾ ਲਈਏ ਤੇ ਹੋਰ ਜਿਹਨੂੰ ਮਰਜ਼ੀ ਪਾ ਲਈਏ ਉਹ ਆਮ ਆਦਮੀ ਪਾਰਟੀ ਸੀ। ਉਸੇ ਤਰੀਕੇ ਦੇ ਨਾਲ ਮੈਨੂੰ ਨਿੱਜੀ ਤੌਰ ਤੇ ਲੱਗਦਾ ਵੀ ਗੁਜਰਾਤ ਦੇ ਵਿੱਚ ਹਾਲੇ ਤੱਕ ਲੋਕਾਂ ਦੇ ਵੱਲੋਂ ਸ਼ਾਇਦ ਫੈਸਲਾ ਨਹੀਂ ਕੀਤਾ ਗਿਆ ਕਿ ਕਾਂਗਰਸ ਨੂੰ ਤੇ ਭਾਜਪਾ ਨੂੰ ਵੋਟਾਂ ਨਹੀਂ ਪਾਉਣੀਆਂ ਹੋਰ ਜਿਹਨੂੰ ਮਰਜ਼ੀ ਪਾ ਲਈਏ। ਯਾਨੀ ਕਿ ਪੰਜਾਬ ਦੇ ਲੋਕ ਨਵੀਂ ਚੀਜ਼ ਦੀ ਪਹਿਲ ਕਦਮੀ ਕਰਨ ਦੇ ਵਿੱਚ ਸਭ ਤੋਂ ਮੋਹਰੇ ਹੁੰਦੀ ਹੈ। ਪੰਜਾਬ ਦੇ ਲੋਕ ਨਵੀਂ ਚੀਜ਼ ਨੂੰ ਤਜਰਬੇ ਦੇ ਰੂਪ ਦੇ ਵਿੱਚ ਲੈਂਦੇ ਆ ਪਹਿਲ ਦੇ ਆਧਾਰ ਦੇ ਉੱਤੇ ਤੁਸੀਂ ਵੈਸੇ ਵੀ ਗੱਲ ਕਰ ਲਓ ਵੀ ਪੰਜਾਬ ਦੇ ਵਿੱਚ ਕੋਈ ਨਵੀਂ ਦੁਕਾਨ ਖੁੱਲ੍ਹੇ ਤੁਹਾਡੇ ਬਹਲੇ ਦੇ ਵਿੱਚ ਤੁਹਾਡੇ ਸ਼ਹਿਰ ਦੇ ਵਿੱਚ ਤੁਹਾਡੇ ਕਸਬੇ ਦੇ ਵਿੱਚ ਇੱਕਦਮ ਲੋਕ ਨਿੱਠ ਕੇ ਉਧਰ ਵੱਲ ਜਾਣਗੇ ਪਰ ਉਹ 6 ਮਹੀਨੇ ਬਾਅਦ ਭਾਵੇਂ ਬੰਦ ਹੋ ਜੇ ਪਰ ਇੱਕ ਵਾਰ ਲੋਕ ਬਹਿ ਜਾ ਬਹਿ ਜਾਂ ਉਹੀ ਕਰਵਾ ਦਿੰਦੇ ਆ ਉਸੇ ਤਰੀਕੇ ਨਾਲ ਆਮ ਆਦਮੀ ਪਾਰਟੀ ਨੇ ਪੰਜਾਬ ਦੇ ਵਿੱਚ 92 ਵਿਧਾਇਕ ਜਿਤਾ ਕੇ ਲੋਕਾਂ ਦੇ ਬਹਿ ਜਾ ਬਹਿ ਜਾ ਕਰਾਤੀ ਪਰ ਇਹ ਜਿਹੜਾ ਤਜਰਬਾ ਇਹ ਗੁਜਰਾਤ ਦੇ ਵਿੱਚ ਵੀ ਉਵੇਂ ਲਾਗੂ ਹੋਵੇ ਇਹਦੇ ਬਾਰੇ 100% ਦੀ ਗਾਰੰਟੀ ਲਾਣੀ ਕਹਿ ਸਕਦੇ ਆ ਸੋ ਆਮ ਆਰਮੀ ਪਾਰਟੀ ਕੋਸ਼ਿਸ਼ ਕਰ ਰਹੀ ਹੈ ਇਹਨਾਂ ਦੀਆਂ ਪੋਸ਼ਾ ਨੂੰ ਗੁਜਰਾਤ ਦੇ ਵਿੱਚ ਬੂਰ ਪੈਂਦਾ ਕਿ ਨਹੀਂ ਪੈਂਦਾ ਇਹ ਨਤੀਜਿਆਂ ਤੋਂ ਬਾਅਦ ਪਤਾ ਲੱਗੂਗਾ ਪਰ ਇਹ ਹਿਮਾਚਲ ਦੇ ਵਿੱਚ ਇਸ ਗੱਲ ਦਾ ਪਤਾ ਵੀ ਬਹੁਤ ਔਖਾ ਆਮ ਆਰਮੀ ਪਾਰਟੀ ਦੇ ਲਈ ਰਿਹਾ ਤੇ ਆਮ ਆਰਮੀ ਪਾਰਟੀ ਨੇ ਉੱਥੇ ਹੱਥ ਖੜੇ ਕਰਲੇ ਸੀ ਉਥੇ ਆਮ ਆਦਮੀ ਪਾਰਟੀ ਨੇ ਕੋਈ ਬਹੁਤਾ ਨੱਠ ਕੇ ਪ੍ਰਚਾਰ ਵੀ ਨਹੀਂ ਕੀਤਾ ਸ਼ੁਰੂਆਤੀ ਦੌਰ ਦੇ ਵਿੱਚ ਧਾਰ ਤੇਜ਼ ਰੱਖੀ ਸੀ ਪ੍ਰਚਾਰ ਨਹੀਂ ਪਰ ਬਾਅਦ ਦੇ ਵਿੱਚ ਆਮ ਆਦਮੀ ਪਾਰਟੀ ਨੇ ਇੰਉਂ ਪ੍ਰਤੀਤ ਹੋਇਆ ਵੀ ਪੈਰ ਪਿੱਛੇ ਜਨੂੰ ਖਿੱਚਲੇ ਆ ਉਹਦੇ ਵੱਖ-ਵੱਖਰੇ ਕਾਰਨ ਹੋ ਸਕਦੇ ਆ ਜਾਂ ਇਹਨਾਂ ਨੂੰ ਸਮਝ ਆ ਗਈ ਵੀ ਭਾਈ ਇੱਥੇ ਸਾਡਾ ਕੀ ਬਣਨਾ ਕੀ ਨਹੀਂ ਬਣਨਾ ਪਰ ਮੈਂ ਕੱਲ ਇੱਕ ਆਮ ਆਦਮੀ ਪਾਰਟੀ ਦੇ ਵਿਧਾਇਕ ਨੂੰ ਫੋਨ ਕੀਤਾ ਉਹ ਮੈਨੂੰ ਕਹਿੰਦਾ ਜੀ ਮੈਂ ਗੁਜਰਾਤ ਦੇ ਵਿੱਚ ਆ ਪ੍ਰਚਾਰ ਲਈ ਆਇਆ ਮੈਂ ਕਿਹਾ ਜੀ ਆਪਾਂ ਨੂੰ ਗੁਜਰਾਤ ਦੇ ਲੋਕਾਂ ਦੀਆਂ ਸਮੱਸਿਆਵਾਂ ਦਾ ਪਤਾ ਆਪਣੀ ਗੱਲ ਨੂੰ ਸਮਝਦੇ ਇੱਥੋਂ ਦੇ ਲੋਕ ਆਪਾਂ ਉਹਨਾਂ ਦੀ ਜ਼ੁਬਾਨ ਨੂੰ ਸਮਝਨੇ ਆ ਜਾਂ ਫਿਰ ਸੈਰ ਸਪਾਟਾ ਹੀ ਆ ਕਹਿੰਦਾ ਭਾਈ ਜੀ ਗੱਲ ਇਹ ਅੱ비 ਹੈ ਤਾਂ ਚਲੋ ਸੈਰ ਸਪਾਟੇ ਜੀ ਵਾਲੀ ਗੱਲ ਹੀ ਪਰ ਡਿਊਟੀ ਲੱਗੇ ਤਾਂ ਆਪਾਂ ਆ ਗਏ ਆ ਚਲੋ ਬਹੁਤ ਵਧੀਆ ਜੀ ਛਾਜੋ ਕਮਾਲ ਕਰ ਦਿਓ ਸੋ ਖਬਰਾਂ ਦੋਸਤੋ ਕਈ ਹੋਰ ਵੀ ਸਨ ਪਰ ਜੋ ਵਕਤ ਦੀ ਕਾਟੇ ਰੁਕਣ ਦਾ ਇਸ਼ਾਰਾ ਕਰ ਰਹੀ ਹੈ ਕੱਲ ਨੂੰ ਇਸੇ ਵੇਲੇ ਖਬਰ ਦੀ ਖਬਰ ਲੈ ਕੇ ਫਿਰ ਹਾਜ਼ਰ ਹੋਵਾਂਗੇ ਬਹੁਤ ਬਹੁਤ ਧੰਨਵਾਦ